ਵਾਹਿ ਗੁਰੂ ਜੀ ਗੁਰੂ ਨਾਨਕ ਭਗ ਪੰਕਜ ਵੰਦਨ ਭਗ ਪੰਕਜ ਵੰਦਨ ਸਿਮਰਉ ਅੰਗਦ ਦੋਖ ਨੇ ਕੰਦਨ ਅਮਰਦਾਸ 헤ਰਦੈ ਨਿਤ ਧਿਆਵਾਂ 헤ਰਦੈ ਨਿਤ ਧਿਆਵਾਂ ਤੇਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਬਿਗਨਨਕੇ ਨਾਸਕ ਬਿਗਨਨਕੇ ਨਾਸਕ ਹਰ ਗੋਵਿੰਦ ਸੋਭ ਮਤ ਪਰਕਾਸਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਮਨਾਈ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾ ਗੱਲਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗਦੀ ਸਾ ਜਿਸ ਮੈਂ ਅੰਮ੍ਰਿਤ ਗਿਆਨੁ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁraag ਸ੍ਰੀ ਗੁਰੂ ਸ਼ਬਦ ਕਮਾਏ ਜਿਨੋ ਜੀਤੇ ਪੰਜ ਵਿਕਾਰ ਦੇਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਹਰਖਿਉ ਜੈ ਰਾਮ ਬਹੋ ਬਾਂਦਵ ਬੁਲਾਏ ਧਾਮ ਘਟ ਕਾ ਵਿਚਾਰ ਕੰਜ ਨੈਣ ਕੋ ਬਿਠਾਇਓ ਹੈ ਭਾਲ ਮੈਂ ਤਿਲਕ ਕਿਨ ਬਿਪਰਨ ਅਸੀਸ ਦੀਨੋ ਅਸ਼ਤ ਲਗਾਏ ਮਿਸਟਾਨ ਮੁਖ ਪਾਇਓ ਹੈ ਹਰਖਿਉ ਜੈ ਰਾਮ ਬਹੋ ਬਾਂਦਵ ਬੁਲਾਏ ਧਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਤ ਸੰਗਤ ਜੀਓ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਕਲ ਤਾਰਨ ਗੁਰੂ ਨਾਨਕ ਆਇਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਕਾਲ ਯੁਗ ਦੇ ਸਮੇਂ ਵਿੱਚ ਮੁਖੀ ਸਤਿਗੁਰੂ ਜੀ ਪ੍ਰਗਟ ਹੋਏ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਆਪ ਜੀ ਨੇ ਸਰੀਰ ਧਾਰਨ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਖਸ਼ਿਸ਼ ਕੀਤੀ ਤਕਰੀਬਨ ਕੋਈ 70 ਸਾਲ ਦਾ ਸਮਾਂ ਸਰੀਰ ਵਿੱਚ ਰਹਿ ਕੇ ਜੰਗਤ ਜੀਵਾਂ ਦੇ ਉਧਾਰ ਲਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਮਹਾਰਾਜ ਨੇ ਖਾਲਸਾ ਪੰਥ ਪ੍ਰਚਲਿਤ ਕੀਤਾ ਔਰ ਗਰੀਬਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਸੋ ਜਿਸ ਵੇਲੇ ਆਪ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਿਆਈ ਗੱਦੀ ਬਖਸ਼ਣ ਤੋਂ ਬਾਅਦ ਸੱਚਖੰਡ ਪਿਆਨਾ ਕੀਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਪੁਰਬ ਜਿਹੜਾ ਹੈ ਉਹ ਕੱਲ ਨੂੰ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਤਸ਼ਾਹ ਜੀ ਪ੍ਰਾਰੰਭ ਹਨ। ਕੱਲ ਨੂੰ ਭੋਗ ਪਾਏ ਜਾਣਗੇ ਔਰ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੱਚਖੰਡ ਗਵਨ ਦਾ ਪੁਰਬ ਜਿਹੜਾ ਹੈ ਉਹ ਮਨਾਇਆ ਜਾਏਗਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ਾਂ ਕੀਤੀਆਂ ਹਨ ਸਰੀਰ ਵਿੱਚ ਆ ਕੇ ਮਰਯਾਦਾ ਪਰਸ਼ੋਤਮ ਸਤਗੁਰਾਂ ਨੇ ਜੋ ਮਰਯਾਦਾ ਸਥਾਪਨ ਕੀਤੀਆਂ ਗੁਰੂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੇ ਵਿੱਚੋਂ ਅਸੀਂ ਸਤਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਕੌਤਕਾਂ ਨੂੰ ਸਰਵਣ ਕਰ ਰਹੇ ਹਾਂ ਸਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਸ੍ਰੀ ਸੁਲਤਾਨਪੁਰ ਸਾਹਿਬ ਦੇ ਵਿੱਚ ਮੋਦੀ ਖਾਨੇ ਦਾ ਕਾਰੋਬਾਰ ਜਿਹੜਾ ਹਜੂਰ ਨੇ ਸੰਭਾਲਿਆ ਹੈ ਗਰੀਬ ਬਨਵਾਜ ਅੰਤਰਜਾਮੀ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ ਅੰਤਰਜਾਮੀ ਹਨ ਸੰਤ ਫਕੀਰ ਲੋਕ ਆਉਂਦੇ ਨੇ ਉਹਨਾਂ ਦੀਆਂ ਇੱਛਾ ਪੂਰੀਆਂ ਕਰਦੇ ਹਨ ਗਰੀਬ ਗੁਰਬੇ ਲੋਕ ਆਉਂਦੇ ਨੇ ਅਨਵਸਤਰ ਦੇ ਅਧਿਕਾਰੀ ਗੁਰੂ ਪਾਤਸ਼ਾਹ ਉਹਨਾਂ ਨੂੰ ਬਖਸ਼ਿਸ਼ਾਂ ਕਰਦੇ ਹਨ ਸਾਰਾ ਕਾਰੋਬਾਰ ਚਲਾ ਰਹੇ ਨੇ ਤੋਂ ਸਤਗੁਰਾਂ ਦੇ ਸਤਕਾਰਯੋਗ ਪਿਤਾ ਜੀ ਨੂੰ ਜਿਸ ਵੇਲੇ ਇਹ ਸ਼ੋਭਾ ਸ਼ਰਵਣ ਕਰਨ ਨੂੰ ਮਿਲੀ ਹੈ ਕਿ ਹਟਸਾਬ ਤੇ ਭੀੜ ਰਹਿੰਦੀ ਹੈ ਬਹੁਤ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਹੱਟੀ ਚਲਦੀ ਹਟਸਾਬ ਚੱਲਦਾ ਪਿਤਾ ਜੀ ਨੇ ਵਿਚਾਰ ਕੀਤਾ ਕਿ ਹੁਣ ਤਾਂ ਧੰਨ ਬਹੁਤ ਕਮਾਇਆ ਹੋਣਾ ਮੈਂ ਜਾ ਕਰਕੇ ਪਤਾ ਕਰਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਗਏ ਨੇ ਜਾ ਕਰਕੇ ਗੁਰੂ ਸਾਹਿਬ ਨਾਲ ਬਚਨ ਬਲਾਸ ਕੀਤਾ ਸੋ ਪਿਆਰ ਦੇ ਬਚਨ ਬਲਾਸ ਕਰਨ ਤੋਂ ਉਪਰੰਤ ਦੋ ਘੜੀਆਂ ਬੈਠਣ ਤੋਂ ਬਾਅਦ ਪੁੱਛਿਆ ਇਹ ਬੇਟਾ ਕੰਮ ਤੇਰਾ ਬਹੁਤ ਸੋਹਣਾ ਹੈ ਜਿੰਨਾ ਕ ਧਨ ਜੋੜਿਆ ਨਿਆ ਮੈਂ ਤਾਂ ਧਨ ਲੈਣ ਆਇਆ ਗੁਰੂ ਨਾਨਕ ਸਾਹਿਬ ਕਹਿੰਦੇ ਪਿਤਾ ਜੀ ਭਈ ਮਾਇਆ ਆਉਂਦੀ ਤਾਂ ਬਹੁਤ ਹੈ ਉਧਰੋਂ ਆਉਂਦੀਆਂ ਇੱਧਰ ਨੂੰ ਤੁਰ ਹੀ ਜਾਂਦੀਆਂ ਹੈ ਪਰ ਹੱਥ ਵਿੱਚ ਤਾਂ ਇੱਕ ਕੌਡੀ ਮਿਨੀ ਟਿਕੀ ਇੱਕ ਬਰਾਟ ਕਾ ਵੀ ਨਹੀਂ ਇੰਨੀ ਗੱਲ ਸੁਣਨ ਕਰਕੇ ਸਤਕਾਰਯੋਗ ਪਿਤਾ ਜੀ ਸੋ ਇਸ ਪ੍ਰਕਾਰ ਨਰਾਜਗੀ ਵਿੱਚ ਆਏ ਤੇ ਬਹੁਤ ਮੁਰੇ ਭਲੇ ਬਚਨ ਕੀਤੇ ਨੇ ਫਿਰ ਬੀਬੇ ਨਾਨਕੀ ਭਈਆਂ ਜੈ ਰਾਮ ਜੀ ਨੂੰ ਇਸੇ ਤਰ੍ਹਾਂ ਜਾ ਕਰਕੇ ਪ੍ਰੇਰਣਾ ਕੀਤੀਆਂ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਪ੍ਰੇਰਿਆ ਹੈ ਤੁਸੀਂ ਨੌਜਵਾਨ ਹੋ ਤੁਹਾਡਾ ਹੁਣ ਸੋ ਵਿਆਹ ਕਰਾਂਗੇ ਖਰਚਾ ਚਾਹੀਦਾ ਹੈ ਆਪਣਾ ਤੁਹਾਨੂੰ ਤੁਸੀਂ ਆਪ ਕਮਾਉਣਾ ਹੈ ਇਹੋ ਜੀਆਂ ਸਿੱਖਿਆਵਾਂ ਦੇ ਕਰਕੇ ਇਸ ਪ੍ਰਕਾਰ ਸੋ ਵਾਪਸ ਗਏ ਨੇ ਇਧਰ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਭਈਆ ਜੈ ਰਾਮ ਜੀ ਹੁਣਾਂ ਨੇ ਸੋ ਪ੍ਰਬੰਧ ਕੀਤਾ ਹੈ ਸੋ ਰੰਧਾਵਿਆਂ ਦਾ ਸੋ ਇਸ ਪ੍ਰਕਾਰ ਪਟਵਾਰੀ ਹੈ ਮੂਲ ਚੰਦ ਚੋਣਾ ਇਸ ਪ੍ਰਕਾਰ ਉਸ ਦੀ ਸੁਪਤਰੀ ਬੀਬੀ ਸੁਲੱਖਣੀ ਜੀ ਦੇ ਨਾਲ ਇਸ ਪ੍ਰਕਾਰ ਸੰਬੰਧ ਬਣਾਇਆ ਗਿਆ ਅਤੇ ਸੋ ਇਸ ਤਰੀਕੇ ਦੇ ਨਾਲ ਇਹ ਪਖੋ ਕਰੰਧਾਵੇ ਤੋਂ ਸੋ ਸੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਸਗਲ ਲਾਉਣ ਵਾਸਤੇ ਇਸ ਪ੍ਰਕਾਰ ਸੁਲਤਾਨ ਪੁਰ ਸਾਹਿਬ ਜੀ ਪਹੁੰਚੇ ਹਨ ਸੋ ਜਿਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸੰਸਾਰਿਕ ਵਿਹਾਰ ਨੂੰ ਪਰਮਿਰਤ ਕਰਦੇ ਹਨ ਤੋ ਅਸੀਂ ਪ੍ਰਸੰਗ ਅਨੁਸਾਰ ਵਰਣਨ ਕਰ ਰਹੇ ਹਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੋ ਸੁਭ ਸਗੰ ਦਾ ਇਤਿਹਾਸ ਹੈ ਕਵੀ ਜੀ ਉਸ ਦਾ ਵਰਣਨ ਕਰਦੇ ਹਨ ਪਿਆਰਪੂਰਵਕ ਸਰਵਣ ਕਰੀਏ ਗੁਰ ਚੰਨਾਂ ਚ ਮਨ ਜੋੜੀਏ ਮੁਖ ਨੂੰ ਪਵਿੱਤਰ ਕਰੀਏ ਉਚਾਰਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਰਿ ਕਿਉ ਜੈ ਰਾਮ ਬਹੁ ਬਾਦਵ ਬਲਾਏ ਧਾਮ ਭਈਆ ਜੈ ਰਾਮ ਜੀ ਜਿਸ ਵੇਲੇ ਸੋ ਇਸ ਪ੍ਰਕਾਰ ਮੂਲ ਚੰਦ ਜੀ ਸੋ ਇਸ ਪ੍ਰਕਾਰ ਸਗਨ ਲਾਉਣ ਵਾਸਤੇ ਆਏ ਹਨ ਪਈਆ ਜੈ ਰਾਮ ਜੀ ਦਾ ਘਰ ਪੁੱਛ ਕਰਕੇ ਪਹੁੰਚ ਗਏ ਨੇ ਅੱਜ ਆਇਆ ਜਾਇਰਾਮ ਜੀ ਨੇ ਬਹੁਤ ਸਵਧੀਆਂ ਨੂੰ ਬੁਲਾ ਕਰਕੇ ਇਸ ਪ੍ਰਕਾਰ ਖੁਸ਼ੀ ਕੀਤੀ ਹੈ ਘਟ ਕਾ ਵਿਚਾਰ ਕੰਜ ਨੈਨ ਕੋ ਬਿਠਾਇਓ ਹੈ ਸੋਣਾ ਸਮਾ ਵਿਚਾਰ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬਿਠਾ ਲਿਆ ਹੈ ਸਭਾ ਦੇ ਵਿੱਚ ਭਾਲ ਮੈਂ ਤਿਲਕ ਕਿਨ ਬਿਪਰਨ ਅਸੀਸ ਦੀਨੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜੋ ਵੀ ਉਹ ਸਮੇਂ ਦਾ ਕੁਲ ਦਰਵਾਜ਼ੀ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤਾਂ ਅਜੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਸੋ ਪੰਥ ਪ੍ਰਗਟ ਆ ਰਹੇ ਨੇ ਜੋ ਵੀ ਮਰਜਾਦਾ ਸੀ ਉਸ ਵੇਲੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਸ ਪ੍ਰਕਾਰ ਸਗਨ ਦਾ ਸੋਹਣਾ ਤਿਲਕ ਮੱਥੇ ਕੱਢਿਆ ਗਿਆ ਹੈ ਅਛਤ ਲਗਾਏ ਮਿਸਟਾਨ ਮੁਖ ਪਾਇਓ ਹੈ ਧੋ ਪਹਿਲੇ ਇਸ ਪ੍ਰਕਾਰ ਕੇਸਰ ਦਾ ਤਿਲਕ ਲਾ ਕੇ ਮਚ ਚੌੜ ਲਾ ਕੇ ਉਸ ਤੋਂ ਬਾਅਦ ਮੂੰਹ ਮਿੱਠਾ ਕਰਾ ਦਿੱਤਾ ਹੈ ਗਾਏ ਗੀਤ ਨਾਰੀ ਲੇਤ ਨਾਮ ਦੇਤ ਗਾਰੀ ਇਸ ਪ੍ਰਕਾਰ ਬੀਬੀਆਂ ਨੇ ਉਸ ਵੇਲੇ ਸੋ ਇਸ ਪ੍ਰਕਾਰ ਸੁੰਦਰ ਸੁਭ ਮੌਕੇ ਖੁਸ਼ੀ ਦੇ ਗੀਤ ਗਾਏ ਨੇ ਸਿੱਠਣੀਆਂ ਅਦਕ ਦਿੱਤੀਆਂ ਹਨ ਸਭੋਤ ਸੁਖ ਕਾਰੀ ਮਨ ਸਭਨ ਕੇ ਭਾਏ ਹੈ ਸਾਰਿਆਂ ਦੇ ਵਿੱਚ ਬਣੀ ਖੁਸ਼ੀ ਹੋਈ ਹੈ ਸਭਨਾਂ ਦੇ ਮਨ ਨੂੰ ਬਹੁਤ ਚੰਗਾ ਲੱਗਿਆ ਹੈ ਐਸ ਸੁਲਤਾਨਪੁਰ ਅਦਕ ਉਸ਼ਾਹ ਕਰ ਇਹ ਇਸ ਤਰੀਕੇ ਦੇ ਨਾਲ ਸ੍ਰੀ ਸੁਲਤਾਨਪੁਰ ਸਾਹਿਬ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੋਇਆ ਹੈ ਏਕ ਤਲ ਵੰਡੀ ਨਾਰ ਤਰਨ ਪਠਾਇਓ ਹੈ ਇਸ ਉਸ ਵੇਲੇ ਸੋ ਬੜਾ ਛੇਤੀ ਦੇ ਨਾਲ ਸੋ ਸੋ ਸਤਗੁਰੂ ਜੀ ਦੇ ਸਤਕਾਰਯੋਗ ਮਾਤਾ ਪਿਤਾ ਨੂੰ ਖਬਰ ਦੇਣ ਵਾਸਤੇ ਬੰਦਾ ਭੇਜ ਦਿੱਤਾ ਹੈ ਸਵਈਆ ਤ੍ਰਿਪਤਾ ਗੁਰਮਾਤ ਸੁਣੀ ਜਦ ਬਾਤ ਜਦੋਂ ਸਹਿਬ ਗੁਰੂ ਨਾਨਕ ਸਾਹਿਬ ਦੇ ਮਾਤਾ ਤ੍ਰਿਪਤਾ ਜੀ ਨੇ ਇਹ ਗੱਲ ਸੁਣੀ ਹੈ ਕਿ ਮੇਰੇ ਸੁਪੁੱਤਰ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਸਗਣ ਲੱਗਾ ਇਉਂ ਜਾਣ ਕੇ ਹਿਰਦੇ ਹਰਖੀ ਜਿਉ ਨਵੋ ਨਿਦ ਪਾਈ ਇਤਨੀ ਮਨ ਚ ਖੁਸ਼ੀ ਹੋਈ ਹੈ ਜਿਸ ਤਰ੍ਹਾਂ ਨੌ ਨਦੀਆਂ ਦੀ ਪ੍ਰਾਪਤੀ ਹੋ ਗਈ ਹੋਵੇ ਕਰਮੈ ਮਿਸਟਾਨ ਲੈ ਨਿਕਸੀ ਮਾਤਾ ਜੀ ਕੁਛ ਮਿੱਠਾ ਪ੍ਰਸ਼ਾਦ ਲੈ ਕਰਕੇ ਨਿਕਲੇ ਨੇ ਗਲੀ ਵਿੱਚ ਕੀਏ ਤੁੰਡ ਅਲੰਜ ਜਨ ਸੁੱਧ ਬਤਾਈ ਇਸ ਪ੍ਰਕਾਰ ਅੰਦਰੋਂ ਬਾਹਰ ਨਿਕਲੇ ਹਨ ਜਿਸ ਨੇ ਆਣ ਕੇ ਖਬਰ ਦਿੱਤੀ ਹੈ ਤਾਂ ਮਾਤਾ ਜੀ ਨੇ ਉਸ ਦਾ ਮੂੰਹ ਮਿੱਠਾ ਕਰਾਇਆ ਹੈ ਮਠਿਆਈ ਨਾਲ ਬਲਹਾਰ ਮੈਂ ਜਾਊਂ ਮਹੂਰ ਮਹੋ ਦੀਏ ਤੋ ਕਹਿੰਦੇ ਮਹੂਰ ਮਹੂ ਬਾਰ-ਬਾਰ ਮੈਂ ਬਲਹਾਰ ਜਾਵਾਂ ਜੀ ਕਾਰਖ ਕੰ ਪੰਜ ਚੀਰ ਉਠਾਈ ਤੋ ਕਹਿੰਦੇ ਨੇ ਇਸ ਪ੍ਰਕਾਰ ਨਾਲੇ ਉਡਣ ਨੂੰ ਬਸਤਰ ਦਿੱਤਾ ਨਾਲੇ 5 ਰੁਪਏ ਉਸ ਵਾਸ ਉਸ ਵੇਲੇ ਖੁਸ਼ੀ ਵਿੱਚ ਦਿੱਤੇ ਹਨ ਜਿਸ ਨੇ ਆ ਕੇ ਖੁਸ਼ੀ ਦੀ ਖਬਰ ਸੁਣਾਈ ਹੈ ਕੁੱਲ ਨਾਰ ਬੁਲਾਏ ਗਵਾਏ ਕ ਗੀਤਨ ਤੋ ਆਪਣੀ ਕੁੱਲ ਦੀਆਂ ਵੇਦੀ ਕੁੱਲ ਦੀਆਂ ਬੀਬੀਆਂ ਨੂੰ ਬੁਲਾ ਕਰਕੇ ਸਮੇਂ ਅਨੁਸਾਰ ਸੋਹਣੇ ਖੁਸ਼ੀ ਦੇ ਗੀਤ ਗਾਏ ਹਨ ਮੰਗਲ ਕੀਨ ਭਇਓ ਮਨ ਪਾਈ ਤੋ ਮਨ ਪਾਉਂਦੀਆਂ ਖੁਸ਼ੀਆਂ ਮਾਤਾ ਜੀ ਨੇ ਕੀਤੀਆਂ ਹਨ ਜੀ ਕਾਲੂ ਨੇ ਬਾਤ ਸੁਣੀ ਹਰਖਿਓ ਤੋ ਮਹਿਤਾ ਕਾਲੂ ਜੀ ਨੇ ਜਦੋਂ ਇਹ ਬਚਨ ਸੁਣਿਆ ਬੜੇ ਖੁਸ਼ ਹੋਏ ਹਨ ਕਨ ਘੋਰ ਤੇ ਮੋਰ ਮਨੋ ਸੁਖ ਪਾਈ ਜਿਸ ਤਨਾਮ ਬੱਦਲ ਚੜ ਕੇ ਆਉਂਦੇ ਹਨ ਕਾਲੀਆਂ ਘਟਾ ਇਹ ਇਸ ਪ੍ਰਕਾਰ ਬੱਦਲਾਂ ਦੀਆਂ ਗਰਜਾਂ ਸੁਣ ਕਰਕੇ ਮੋਰ ਜਿਵੇਂ ਖੁਸ਼ ਹੁੰਦਾ ਇਤਨੀ ਖੁਸ਼ੀ ਹੋਈ ਹੈ ਜਾਚਕ ਜਾਚਤ ਦੇ ਮਨ ਭਾਵਤ ਉਹ ਜਿਹੜੇ ਵੀ ਮੰਗਤੇ ਆਣ ਕੇ ਜੋ ਵੀ ਮੰਗਦੇ ਹਨ ਸੋ ਮਨ ਭੌਂਦਾ ਦਾਨ ਦਿੱਤਾ ਜਾਂਦਾ ਉਹਨਾਂ ਨੂੰ ਲੇਤ ਅਸੀਸ ਪਨੰਤ ਵਧਾਈ ਉਹ ਵਧਾਈਆਂ ਦਿੰਦੇ ਹਨ ਅਸੀਸਾਂ ਦਿੰਦੇ ਹਨ ਗਰੀਬ ਲੋਕ ਜਿਹਨਾਂ ਨੂੰ ਇਸ ਪ੍ਰਕਾਰ ਮਨ ਭੌਂਦਾ ਦਾਨ ਮਿਲਦਾ ਹੈ ਅੰਗਨ ਮੈਂ ਅੰਗਨਾ ਸੋ ਮੰਗ ਉਹ ਗੁਰੂ ਘਰ ਦੇ ਵਿਹੜੇ ਦੇ ਵਿੱਚ ਇਸ ਪ੍ਰਕਾਰ ਸੋ ਬੀਬੀਆਂ ਆਣ ਕੇ ਇਕੱਠੀਆਂ ਹੋਈਆਂ ਜੋ ਦੋ ਕੂਲ અલੰਕਰਤ ਸੋ ਸ਼ਬਿਸ਼ਾਈ ਸੋਹਣੇ ਸੋਹਣੇ ਬਸਤਰ ਪਾਏ ਨੇ ਸੁੰਦਰ ਸੁੰਦਰ ਗਹਿਣੇ ਪਾ ਕਰਕੇ ਆਈਆਂ ਹਨ ਨਾਨਕ ਰੂਪ ਲਖਿਓ ਅਵਤਾਰ ਕੋ ਸਭ ਨਾ ਨੇ ਜਾਣਿਆ ਧੰ ਗੁਰੂ ਨਾਨਕ ਪਾਤਸ਼ਾਹ ਜੀ ਅਵਤਾਰ ਰੂਪ ਹਨ ਬੈਸ ਸਰੀਕਨ ਜਾ ਬਿਦ ਗਾਈ ਤੋ ਬੀਬੀਆਂ ਨੇ ਇਉਂ ਬੈਠ ਕਰਕੇ ਸੋਹਣਾ ਜਸ ਗਾਇਨ ਕੀਤਾ ਹੈ ਸੂਰਠਾ ਧਰਮਹਿ ਕਾ ਸੰਬੰਧ ਭਇਆ ਤੋ ਕਹਿੰਦੇ ਨੇ ਭਾਈ ਇਹ ਧਰਮ ਦਾ ਪੁੰਨ ਦਾ ਰਿਸ਼ਤਾ ਹੋਇਆ ਪ੍ਰਾਣੇ ਸਮਿਆਂ ਦੇ ਵਿੱਚ ਇਸ ਪ੍ਰਕਾਰ ਸੋ ਬੱਟੋ ਸੱਟੇ ਜਾਂ ਇਸ ਤਰ੍ਹਾਂ ਦੇ ਜਾਂ ਪੈਸੇ ਲੈ ਕੇ ਇਹੋ ਜੀਆਂ ਗੱਲਾਂ ਚੱਲਦੀਆਂ ਸਨ ਜਿੱਥੇ ਪੁੰਨਾ ਅਰਥ ਰਿਸ਼ਤਾ ਹੋਵੇ ਬਹੁਤ ਖੁਸ਼ੀ ਹੁੰਦੀ ਸੀ ਕਹਿੰਦੇ ਧਰਮ ਅਰਥ ਪੁੰਨਾ ਅਰਥ ਇਸ ਪ੍ਰਕਾਰ ਜਿਹੜਾ ਇਹ ਰਿਸ਼ਤਾ ਹੋਇਆ ਹੈ ਬੇਦਿਆਂ ਕੁੱਲ ਬਿਖੈ ਵੇਦੀਆਂ ਦੇ ਕੁੱਲ ਦੇ ਵਿੱਚ ਕਾਲੂ ਸੁਤ ਸਤ ਸੰਦ ਨਿਰਮਲ ਕੁੱਲ ਸਭ ਹੀ ਕਰੀ ਤੋ ਇਸ ਪ੍ਰਕਾਰ ਕਹਿੰਦੇ ਨੇ ਮਹਤਾ ਕਾਲੂ ਜੀ ਦਾ ਸੁਪੁੱਤਰ ਬਹੁਤ ਲਾਇਕ ਹੈ ਇਸ ਪ੍ਰਕਾਰ ਸੋਣਾ ਸੱਚ ਦਾ ਸਬੰਧ ਬਣਿਆ ਹੈ ਇਉਂ ਸਭ ਨਾਲ ਨੇ ਬੜੀ ਸ਼ੋਭਾ ਕੀਤੀ ਹੈ ਦੋਹਰਾ ਸ੍ਰੀ ਨਾਨਕ ਕੇ ਨਾਨਕ ਕੀ ਤਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਨਕਾ ਪਿੰਡ ਜੋ ਸੀ ਬੋਲ ਪਠੇ ਸੁਧ ਦੇ ਕਹਿੰਦੇ ਉਹਨਾਂ ਨੂੰ ਵੀ ਇਸ ਪ੍ਰਕਾਰ ਖਬਰ ਦੇਣ ਵਾਸਤੇ ਬੁਲਾਵਾ ਭੇਜ ਦਿੱਤਾ ਹੈ ਚਲ ਆਏ ਤਤਕਾਲ ਸੋ ਤਾਂ ਉਹਨਾਂ ਨੂੰ ਜਿਸ ਵੇਲੇ ਖੁਸ਼ੀ ਦੀ ਖਬਰ ਮਿਲੀ ਹੈ ਤਾਂ ਨਾਨਕੇ ਗੁਰੂ ਸਾਹਿਬ ਦੇ ਵੀ ਚੱਲ ਕੇ ਆ ਗਏ ਹਨ ਛੇਤੀ ਨੇਗ ਆਪਣੋ ਲਈ ਤੋਂ ਆਪਣਾ ਨੇਗ ਉਸ ਨੂੰ ਕਹਿੰਦੇ ਨੇ ਜੋ ਖਰਚਾ ਕਰਨਾ ਹੁੰਦਾ ਸਾਜੋ ਸਮਾਨ ਲੈ ਕੇ ਆਏ ਹਨ ਚਉਪਈ ਸ੍ਰੀ ਨਾਨਕ ਜਨਨੀ ਪਿਤ ਰਾਮ ਤੋਂ ਕਹਿੰਦੇ ਨੇ ਤੋ ਮਾਤਾ ਤ੍ਰਿਪਤਾ ਜੀ ਦੇ ਪਿਤਾ ਰਾਮਾ ਜੀ ਮਾਤੁਲ ਸ੍ਰੇਸ਼ਟ ਕ੍ਰਿਸ਼ਨ ਨਾਮ ਤਨ ਗੁਰੂ ਨਾਨਕ ਸਾਹਿਬ ਦੇ ਮਾਮਾ ਜੀ ਜਿਨ੍ਹਾਂ ਦਾ ਨਾਮ ਕ੍ਰਿਸ਼ਨ ਜੀ ਹੈ ਨਾਨਕ ਜਨਨੀ ਮਾਤ ਪਿਹਾਈ ਤੋ ਮਾਤਾ ਤ੍ਰਿਪਤਾ ਜੀ ਦੇ ਮਾਤਾ ਭرائی ਜੀ ਜੋ ਹਨ ਸੁਨ ਕਰ ਸਗਨ ਭਲੇ ਤਹ ਆਈ ਤੋ ਏ ਸਗਨ ਦੀ ਗੁਰੂ ਨਾਨਕ ਸਾਹਿਬ ਦੇ ਸਗਨ ਦੀ ਖੁਸ਼ੀ ਸੁਣ ਕੇ ਸਭ ਚਲ ਕੇ ਆਏ ਹਨ ਮਿਲ ਸਭ ਕੀਨੋ ਉਤਸਵ ਪੂਰੀ ਸਭਨਾ ਨੇ ਮਿਲ ਕਰਕੇ ਭਾਰੀ ਉਤਸ਼ਾਹ ਕੀਤਾ ਦੀ ਮਨਾਈ ਹੈ ਹਰਖਤ ਕਰਹਿ ਰੀਤ ਕੁਲ ਰੂਰੀ ਜੋ ਆਪਣੇ ਕੁਲ ਦੀ ਸੁੰਦਰ ਮਰਯਾਦਾ ਖੁਸ਼ ਹੋ ਕੇ ਕਰ ਰਹੇ ਹਨ ਮਿਲ ਸਭਹਿਨ ਸੋ ਬੋਲਿਓ ਕਾਲੂ ਤੋ ਸਾਰਿਆਂ ਨੂੰ ਮਿਲ ਕਰਕੇ ਮਹਿਤਾ ਕਾਲੂ ਜੀ ਬੋਲੇ ਕਹਿੰਦੇ ਹਨ ਤਜਹੋ ਬਿਲੰਬ ਹੈ ਹੋ ਹੋ ਉਤਾਲੂ ਕਹਿੰਦੇ ਛੇਤੀ ਨਾਲ ਤਿਆਰੀ ਕਰੋ ਹੁਣ ਦੇਰ ਨਾ ਕਰੋ ਤੁਸੀਂ ਚਲ ਕਰ ਚੌਕੜ ਖਰਚਨ ਕਰੀਏ ਚਲੋ ਆਪਾਂ ਹੁਣ ਸੁਲਤਾਨਪੁਰ ਸਵ ਚਲੀਏ ਸੋ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿੱਚ ਇਕੱਤਰਤਾ ਹੋਈ ਹੈ ਇਥੋਂ ਤਿਆਰ ਹੋ ਕਰਕੇ ਸੁਲਤਾਨਪੁਰ ਸਾਹਿਬ ਜੀ ਨੂੰ ਸਤਗੁਰਾਂ ਦੇ ਪਿਤਾ ਜੀ ਕਹਿ ਰਹੇ ਹਨ ਭਈ ਛੇਤੀ ਕਰੋ ਚੌਕੜ ਖਰਚਣਾ ਜੋ ਵੀ ਇਸ ਪ੍ਰਕਾਰ ਸਗਨ ਦਾ ਸਮਾਨ ਜਾਂ ਜੋ ਵੀ ਇਸ ਪ੍ਰਕਾਰ ਖੁਸ਼ੀ ਦੇ ਪਦਾਰਥ ਕਰਨੇ ਹਨ ਵਿਹਾਰ ਉਹਨੂੰ ਚੌਕੜ ਬੋਲਦੇ ਉਸ ਟਾਈਮ ਉਤੇ ਜਾਂ ਕਿ ਚੌਕੜ ਖਰਚਣਾ ਹੈ ਜੀ ਤੂਰਨ ਪੰਥ ਵਿਖੇ ਪੈਗ ਧਰੀਏ ਛੇਤੀ ਕਹਿੰਦੇ ਰਸਤੇ ਵਿੱਚ ਤੁਰੋ ਚਲੀਏ ਅਸੀਂ ਅਸ ਕਹਿ ਸਭ ਹੀ ਸੌਜਪ ਸੰਭਾਰੀ ਇਉਂ ਕਹਿ ਕਰਕੇ ਸਾਰੀ ਸਮੱਗਰੀ ਜੋ ਸਮਾਨ ਚਾਹੀਦਾ ਸੀ ਉਹ ਸੰਭਾਲ ਲਿਆ ਨਾਲ ਜਾਣ ਨੂੰ ਬ੍ਰਖ ਬਸਕਟ ਸੋ ਜੋਰੇ ਭਾਰੀ ਤੋ ਤਗੜੇ ਬੈਲ ਜਿਹੜੇ ਸੀ ਗੱਡੇ ਨਾਲ ਜੋੜਲੇ ਹਨ ਕਾਲੂ ਲਾਲੂ ਕੀਨੀ ਤਿਆਰੀ ਤੋ ਕਹਿੰਦੇ ਇਸ ਪ੍ਰਕਾਰ ਸਤਿਗੁਰਾਂ ਦੇ ਪਿਤਾ ਮਹਤਾ ਕਾਲੂ ਜੀ ਗੁਰੂ ਸਾਹਿਬ ਦੇ ਸੋ ਚਾਚਾ ਲਲਚੰਦ ਜੀ ਇਹ ਤਿਆਰ ਹੋਏ ਹਨ ਸ੍ਰੀ ਨਾਨਕ ਗੁਣ ਭਨਤ ਉਚਾਰੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ ਕਰਦੇ ਹਨ ਸਾਰੇ ਕਰਨ ਦਰਸ ਲਾਲਸ ਔਰ ਜਾਗੀ ਭਾਈ ਇਸ ਤਰ੍ਹਾਂ ਜਸ ਕਰਦੇ ਆਂ ਦਰਸ਼ਨ ਕਰਨ ਦੀ ਲਾਲਸਾ ਮਨ ਵਿੱਚ ਇੱਛਾ ਜਾਗੀ ਸਾਰਿਆਂ ਦੇ ਜਿਉਂ ਮਦ ਕਰ ਪੁਸ਼ ਕਰ ਅਨਰਾਗੀ ਜਿਸ ਤਰੀਕੇ ਦੇ ਨਾਲ ਕਮਲ ਦੇ ਫੁੱਲ ਤੇ ਔਰੇ ਪ੍ਰੇਮੀ ਹੁੰਦੇ ਹਨ ਹੁਣ ਸਭਨਾਂ ਦੇ ਮਨ ਵਿੱਚ ਖੇਚ ਹੈ ਕਿ ਛੇਤੀ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰੀਏ ਦੋਹਰਾ ਚੱਲੇ ਜਬੇ ਸੁਲਤਾਨਪੁਰ ਜਦੋਂ ਸ੍ਰੀ ਸੁਲਤਾਨਪੁਰ ਸਾਹਿਬ ਜੀ ਨੂੰ ਚੱਲੇ ਹਨ ਦਵਾਰ ਦਸ ਸਭ ਨਰ ਨਾਰ ਇਹ 12 ਸੋ ਇਸ ਪ੍ਰਕਾਰ ਇਸਤਰੀਆਂ ਪੁਰਸ਼ ਇਕੱਠੇ ਹੋ ਕਰਕੇ ਚੱਲੇ ਹਨ ਮਤਲ ਨਾਨੇ ਹਰਖ ਮਨ ਤੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਨਾਨਾ ਜੀ ਦੇ ਮਨ ਵਿੱਚ ਬਹੁਤ ਖੁਸ਼ੀ ਹੈ ਔਰ ਦਾਸ ਸੁਖ ਕਾਰ ਬਾਕੀ ਸੁਖ ਦੇਣ ਵਾਲੇ ਜੋ ਸੇਵਕ ਪ੍ਰੇਮੀ ਹਨ ਸਮਰਾਂ ਨੂੰ ਖੁਸ਼ੀ ਹੈ ਚਉ ਪਈ ਰਾਏ ਸਦਨ ਕਾਲੂ ਤਬ ਗयो ਉਹ ਕਹਿੰਦੇ ਨੇ ਸੋ ਕਿਉਂਕਿ ਆਪ ਜੀ ਨੌਕਰੀ ਕਰਦੇ ਹਨ ਰਾਏ ਬੁਲਾਰ ਦੇ ਕੋਲ ਤੋਂ ਉਹਨਾਂ ਤੋਂ ਆਗਿਆ ਲੈਣ ਵਾਸਤੇ ਗਏ ਹਨ ਕਾਲੂ ਜੀ ਨਿਕਟ ਜਾਏ ਉਚਰਤ ਬਚ ਭਾਇਓ ਤੋ ਜਾ ਕਰਕੇ ਰਾਏ ਬੁਲਾਰ ਦੇ ਕੋਲ ਇਸ ਤਰੀਕੇ ਨਾਲ ਬਚਨ ਕੀਤਾ ਹੈ ਮੋ ਸਤ ਨਾਨਕ ਦਾਸ ਤੁਮਾਰਾ ਕਹਿਣ ਲੱਗਾ ਜੀ ਮੇਰਾ ਸੁਪੁੱਤਰ ਗੁਰੂ ਨਾਨਕ ਸਾਹਿਬ ਤੁਹਾਡਾ ਜੋ ਸੇਵਕ ਹੈ ਭਈ ਸਗਾਈ ਮੁਝਹਿ ਹਕਾਰਾ ਉਹਨਾਂ ਦੀ ਸਗਾਈ ਹੋਈ ਹੈ ਤੇ ਸਾਨੂੰ ਬੁਲਾਇਆ ਹੈ ਸਗਾਈ ਦੇ ਸਮੇਂ ਤੇ ਤੇਹ ਚੌਕੜ ਖਰਚ ਨ ਹਮ ਜਾਵ ਤੇ ਅਸੀਂ ਉੱਥੇ ਜਾ ਮੈਂ ਅਸੀਂ ਜਾਂਦੇ ਹਾਂ ਚੌਕੜ ਖਰਚਣ ਵਾਸਤੇ ਭਾਵ ਜੋ ਸਗਨ ਦੀ ਮਰਯਾਦਾ ਕਰਨ ਵਾਸਤੇ ਜਾਣਾ ਹੈ ਜੀ ਜੇ ਆਇਸ ਅਬ ਤੁਮਰੀ ਪਾਵਹਿ ਇਸ ਵਾਸਤੇ ਜੇ ਤੁਹਾਡੀ ਹੁਣ ਆਗਿਆ ਹੋਵੇ ਤਾਂ ਸੁਨ ਕਾਲੂ ਬਚ ਬੋਲਿਓ rau ਤੋ ਮਹਤਾ ਕਾਲੂ ਜਿਹਦੇ ਬਚਨ ਸੁਣ ਕੇ ਰਾਏ ਬੁਲਾ ਰਾਜਾ ਸਾਹਿਬ ਜੀ ਬੋਲੇ ਕਹਿੰਦੇ ਹਨ ਅਸ ਬਿਦ ਨਹ ਕਹੋ ਬੈਨ ਵਿਜਾਉ ਤੋ ਉਸ ਮਿਲਣ ਕਹਿਣ ਲੱਗੇ ਦੇਖੋ ਮਹਿਤਾ ਕਾਲੂ ਜੀ ਤੁਹਾਨੂੰ ਕਿਹਾ ਇਹ ਤੁਸੀਂ ਸ਼ਰਮਿੰਦਗੀ ਵਾਲੇ ਜਿਹੜੇ ਨਾ ਇਹ ਬਚਨ ਨਾ ਕਿਹਾ ਕਰੋ ਗੁਰੂ ਨਾਨਕ ਸਾਹਿਬ ਬਾਰੇ ਤੁਸੀਂ ਨਾਨਕ ਹਮਰੋ ਸੁਆਮੀ ਜਾਨੂ ਕਿਉਂਕਿ ਅਸੀਂ ਵਿਸ਼ਵਾਸ ਕੀਤਾ ਗੁਰੂ ਨਾਨਕ ਸਾਹਿਬ ਸਾਡੇ ਸੁਆਮੀ ਮਾਲਕ ਸਾਡਾ ਪਰਮੇਸ਼ਰ ਹਨ ਹਉ ਕਿੰਕਰ ਕੇ ਥਾਨ ਪਰਮਾਨੂ ਇਸ ਵਾਸਤੇ ਪਰਮਾਨੂ ਜਾਣ ਲਓ ਅਸੀਂ ਗੁਰੂ ਨਾਨਕ ਸਾਹਿਬ ਦੇ ਸੇਵਕ ਹਾਂ ਰਾਏ ਬੁਲਾਰ ਬਜ਼ੁਰਗ ਰਾਜਾ ਹੈ ਮਨ ਵਿੱਚ ਸ਼ਰਧਾ ਹੈ ਕਹਿੰਦਾ ਕਾਲੂ ਜੀ ਸੋ ਮੈਨੂੰ ਤੁਸੀਂ ਗੁਰੂ ਨਾਨਕ ਸਾਹਿਬ ਦਾ ਸੇਵਕ ਜਾਣਿਆ ਕਰੋ ਕਰਨਾ ਕਰੇ ਜੇ ਨਾਨਕ ਮੋਹ ਪਰ ਜੇ ਮੇਰੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਰਨ ਜਹੀ ਮਨੀਖਾ ਮਨ ਮੈਂ ਹੋਂ ਥਿਰ ਤੇ ਮੇਰੇ ਮਨ ਵਿੱਚ ਇਉਂ ਹੀ ਮਨੀਖਾ ਬੁੱਧੀ ਜੜੀ ਹੈ ਇਉਂ ਹੀ ਵਿਸ਼ਵਾਸ ਮੇਰਾ ਟਿਕਿਆ ਰਵੇ ਕਿ ਗੁਰੂ ਨਾਨਕ ਸਾਹਿਬ ਦੇ ਚਾਨਾ ਦਾ ਸੇਵਕ ਬਣਿਆ ਰਹਾ ਮੈਂ ਬਚਨ ਉਚਾਰ ਬਹੁਰ ਨ ਐਸੇ ਦੇਖੋ ਮਹਤਾ ਕਾਲੂ ਜੀ ਅੱਗੇ ਵਾਸਤੇ ਤੁਸੀਂ ਕਦ ਵੀ ਸਾਹਿਬ ਗੁਰੂ ਨਾਨਕ ਸਾਹਿਬ ਵਾਸਤੇ ਮੇਰੇ ਸੰਬੰਧ ਵਿੱਚ ਇਉਂ ਨਹੀਂ ਕਦੇ ਵੀ ਕਹਿਣਾ ਹੋਇ ਅਨਜਾਨ ਕਹੇ ਅਭ ਜੈਸੇ ਜਿਸ ਤਰ੍ਹਾਂ ਤੁਸੀਂ ਅਨਜਾਨ ਹੋ ਕਰਕੇ ਤੇ ਮੈਨੂੰ ਇਸ ਪ੍ਰਕਾਰ ਕਹੇ ਨੇ ਬਚਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਬਚਨ ਨਹੀਂ ਕਰਨੇ ਮੇਰੇ ਨਾਲ ਮਹਿਮਾ ਲਖਤ ਨ ਨਿਜ ਸੁਤ ਜਾਣੇ ਤੁਸੀਂ ਮਹਿਮਾ ਗੁਰੂ ਨਾਨਕ ਸਾਹਿਬ ਦਾ ਜਸ ਨਹੀਂ ਜਾਣਦੇ ਹੋ ਤੁਸੀਂ ਸਿਰਫ ਸਮਝਦੇ ਹੋ ਕਿ ਮੇਰਾ ਪੁੱਤਰ ਹੈ ਇਉਂ ਹੀ ਜਾਣਦੇ ਹੋ ਤੁਸੀਂ ਤੀਨ ਲੋਕ ਜਿਸ ਆ ਇਸ ਮੰਨ ਦੇਖੋ ਤਿੰਨੇ ਲੋਕ ਜਿਸ ਗੁਰੂ ਨਾਨਕ ਦਾ ਹੁਕਮ ਮੰਨਦੇ ਹਨ ਦੋਹਰਾ ਜਾਹੋ ਅਬੇ ਸੁਲਤਾਨਪੁਰ ਠੀਕ ਹੈ ਸ੍ਰੀ ਸੁਲਤਾਨਪੁਰ ਸਾਹਿਬ ਜਾਓ ਤੁਸੀਂ ਚੌਕੜ ਖਰਚ ਹੋ ਜੋਏ ਜੋ ਵੀ ਇਸ ਪ੍ਰਕਾਰ ਮਰਜ਼ਾਦਾ ਹੈ ਖਰਚਾ ਕਰੋ ਜਾ ਕੇ ਮਿਲ ਸ੍ਰੀ ਨਾਨਕ ਸੰਗ ਤੁਮ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਤੁਸੀਂ ਹਾਂ ਦੁਰਬਾਕ ਬਗੋਏ ਦੇਖੀ ਉਥੇ ਜਾ ਕੇ ਹੁਣ ਖੁਸ਼ੀ ਦੇ ਮੌਕੇ ਕੋਈ ਮਾੜਾ ਬਚਨ ਨਾ ਬੋਲ ਦਵੇਂ ਚਉਪਈ ਸੁਣ ਕਰ ਕਾਲੂ ਗिरा ਅਲਾਈ ਤਾਂ ਕਹਿੰਦੇ ਸੁਣ ਕਰਕੇ ਮਹਤਾ ਕਾਲੂ ਜੀ ਨੇ ਅੱਗੋਂ ਬਚਨ ਕੀਤਾ ਪੁਰ ਸੰਦੇਹ ਨ ਪਾਵਹ ਰਾਈ ਕਹਿੰਦੇ ਨੇ ਰਾਜਾ ਸਾਹਿਬ ਜੀ ਥੋੜੇ ਜਿੰਨਾ ਵੀ ਸ਼ੱਕ ਨਾ ਕਰੋ ਤੁਸੀਂ ਹੁਣ ਭਲੇ ਬਚਨ ਅਭ ਭਖਨ ਕੀਜੈ ਹੁਣ ਚੰਗੇ ਬਚਨ ਤੁਸੀਂ ਕਹੋ ਜੀ ਖੁਸ਼ੀ ਦਾ ਸਮਾਂ ਹੈ ਕੁਸ਼ਲ ਸਰੇ ਕੀ ਆਇਸ ਦੀਜੈ ਸਾਨੂੰ ਸੁਖ ਸ਼ਾਂਤੀ ਦੀ ਆਗਿਆ ਕਰੋ ਗੁਰੂ ਨਾਨਕ ਸਾਹਿਬ ਨੂੰ ਸੁਖ ਸ਼ਾਂਤ ਤੁਹਾਡੇ ਬਾਰੇ ਕੀ ਕਹਿਣਾ ਜਾ ਕੇ ਕਾਲੂ ਤੂੰ ਬੋਲ ਵਿਗਾਰਾ ਤਾਂ ਰਾਏ ਬੁਨਾਰ ਸਾਹਿਬ ਕਹਿੰਦੇ ਨੇ ਕਾਲੂ ਜੀ ਤੁਹਾਨੂੰ ਮੈਂ ਦੇਖਿਆ ਪਤਾ ਤੁਸੀਂ ਬੋਲ ਵਿਗੜ ਹੋ ਜਾਂ ਤੇ ਵਰਜਨ ਬਚਨ ਉਚਾਰਾ ਇਸ ਵਾਸਤੇ ਤੁਹਾਨੂੰ ਰੋਕਣ ਵਾਸਤੇ ਯਾਦ ਕਰਾਉਣ ਵਾਸਤੇ ਬਚਨ ਕਿਹਾ ਮੈਂ ਇਹ ਰਹਿਤ ਜਬ ਕਰਤ ਲੜਾਈ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਇੱਥੇ ਰਹੇ ਨੇ ਤੂੰ ਲੜਾਈ ਕਰਦਾ ਰਿਹਾ ਮਹਾਰਾਜ ਨਾਲ ਤਹ ਨਹ ਕਹੀਏ ਬੈਨ ਬਿਜਾਈ ਉਥੇ ਜਾ ਕਰਕੇ ਤੁਸੀਂ ਹੋਰ ਕੋਈ ਇਹੋ ਜਿਹਾ ਬਚਨ ਨਾ ਕਰਿਓ ਲੜਾਈ ਵਾਲਾ ਸੁਨਹੋ ਰਾਏ ਜੀ ਸੁਭ ਮਤ ਦਾਨੀ ਤੋ ਕਹਿਣ ਲੱਗਾ ਮੈਂ ਤਾਂ ਕਾਲੂ ਜੀ ਕਹਿੰਦੇ ਹਨ ਰਾਏ ਸਾਹਿਬ ਜੀ ਸੁਣੋ ਤੁਸੀਂ ਸੋਣੀ ਮਤ ਦੇਣ ਵਾਲੇ ਹੋ ਤੁਮ ਪਰਮੇਸ਼ਰ ਕੇ ਅਸਥਾਨੀ ਮੇਰੇ ਵਾਸਤੇ ਤੁਸੀਂ ਪਰਮੇਸ਼ਰ ਦਾ ਰੂਪ ਹੋ ਜੀ ਇੱਕ ਸੁਤ ਹਮਰੇ ਨਾਨਕ ਪਿਆਰੋ ਇੱਕੋ ਹੀ ਸਾਡਾ ਪਿਆਰਾ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਹੈ ਮਿਲ ਤਿਹ ਕਿਉ ਦੁਰਬਾਕ ਉਚਾਰੂੰ ਉਹਨਾਂ ਨੂੰ ਹੁਣ ਮੈਂ ਇਹੋ ਜੇ ਖੁਸ਼ੀ ਦੇ ਮੌਕੇ ਮਿਲ ਕੇ ਕਿਉ ਮਾੜਾ ਬਚਨ ਕੋਈ ਆਖੂੰਗਾ ਰਾਇ ਕਹੇ ਕਰ ਕਾਰਜ ਜਾਏ ਧੋ ਰਾਇ ਸਾਹਿਬ ਜੀ ਕਹਿੰਦੇ ਹਨ ਜਾਓ ਜਾ ਕੇ ਸੁੰਦਰ ਕਾਰਜ ਨਿਭਾਓ ਤੁਸੀਂ ਕਰ ਹੈ ਤੁਮਰੋ ਭਲੋ ਖੁਦਾਏ ਭਈ ਖੁਦਾ ਤੁਹਾਡਾ ਭਲਾ ਹੀ ਕਰੇਗਾ ਮੁਝ ਜਿਸ ਤੇ ਮੁਝ ਦਿਸ ਤੇ ਕਰ ਅਦਕ ਸਨੇਹਾ ਤੇ ਕਿਹਾ ਕਿ ਮੇਰੀ ਤਰਫੋਂ ਜਾ ਕੇ ਬਹੁਤਾ ਹੀ ਪਿਆਰ ਕਰਨਾ ਗੁਰੂ ਨਾਨਕ ਮਹਾਰਾਜ ਨੂੰ ਪਰਸੋ ਪਦ ਅਨਕੰਪਾ ਗਿਆ ਜੋ ਕਿਰਪਾ ਦੇ ਘਰ ਧੰ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਣੇ ਮੇਰੇ ਵੱਲੋਂ ਜਾ ਕੇ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣਾ ਦੋਹਰਾ ਕਣੀ ਬੰਦਗੀ ਕੀਜੀਏ ਬਹੁਤੀ ਹੀ ਮਹਾਰ ਦੇ ਚਰਨਾਂ ਚ ਮੇਰੇ ਵੱਲੋਂ ਬੇਨਤੀ ਤੇ ਬੰਦਗੀ ਕਰਨੀ ਜੀ ਕਮਲ ਨੈਣ ਢਿਗ ਜਾਏ ਕਮਲ ਸ੍ਰੀਖੇ ਨੇਤਰਾਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਜਾ ਕੇ ਪਰਬੰਧਨ ਕਾਲੂ ਚੱਲਿਓ ਕਿਉਂ ਨਮਸਕਾਰ ਕਰਕੇ ਰਾਏ ਸਾਹਿਬ ਨੂੰ ਮਹਿਤਾ ਕਾਲੂ ਜੀ ਚੱਲੇ ਹਨ ਮਾਨੀ ਰਾਏ ਰਜਾ ਰਾਏ ਸਾਹਿਬ ਦੀ ਰਜ਼ਾਏ ਨੂੰ ਮੰਨ ਲਿਆ ਹੈ ਚੌਪਈ ਸਕਟੇ ਪਰ ਅਰੂੜ ਤਬ ਹੋਈ ਉਸ ਮੈਨੇ ਗੱਡੇ ਤੇ ਸਵਾਰ ਹੋਏ ਹਨ ਜੀ ਸਾਰੇ ਚਲਤ ਭਈ ਸਭ ਸੋਕ ਬਿਗੋਈ ਸਾਰੀ ਚਿੰਤਾ ਫਿਕਰ ਦੂਰ ਕਰਕੇ ਚੱਲ ਪਏ ਹਨ ਜੀ ਸੁਲਤਾਨਪੁਰ ਸਾਹਿਬ ਨੂੰ ਸਤ ਕੀ ਪ੍ਰੀਤ ਬਧੇ ਸੰਗ ਡੋਰੀ ਹਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਾਨਣ ਦੀ ਪ੍ਰੀਤ ਦੀ ਡੋਰੀ ਦੇ ਬਧੇ ਹੋਏ ਜਾ ਰਹੇ ਹਨ ਮਨਹੁ ਮੀਨ ਕਰਖੇ ਕਰ ਜੋਰੀ ਮਾਨੋ ਕੇ ਪ੍ਰਕਾਰ ਜਿਸ ਤਰ੍ਹਾਂ ਇਸ ਪ੍ਰਕਾਰ ਮੱਛੀ ਜਿਵੇਂ ਖਿੱਚੀ ਜਾਂਦੀ ਹੈ ਇਓ ਜਾ ਰਹੇ ਹਨ ਖਰਚ ਸਮਾਜ ਲੀਨ ਵਿਦਨਨ ਅਨੇਕ ਪ੍ਰਕਾਰ ਦਾ ਜੋ ਖਰਚੇ ਦਾ ਸਮਾਜ ਸਮਾਨ ਸੀ ਉਹ ਨਾਲ ਲਿਆ ਹੈ ਦਿਨ ਪ੍ਰਤ ਅਦ ਕਹ ਕੀਨ ਪਿਆਨ ਤੋਂ ਦਿਨ ਪ੍ਰਤੀ ਦਿਨ ਕਹਿੰਦੇ ਨੇ ਬਹੁਤਾ ਸਫਰ ਕੀਤਾ ਦੂਰ ਦਾ ਸਫਰ ਹੈ ਰਾਏ ਭੋਇੰਦੀ ਤਲਵੰਡੀ ਤੋਂ ਸੁਲਤਾਨ ਸਾਹਿਬ ਪੁਰ ਸਾਹਿਬ ਘਰ ਕੋ ਡੂਮ ਸੰਗ ਮਰਦਾਨ ਮਰਦਾਨਾ ਇਹ ਮਹਾਰਾਜ ਦੇ ਘਰ ਦਾ ਮਰਾਸ਼ੀ ਹੈ ਇਹਨੂੰ ਨਾਲ ਲਿਆ ਹੈ ਲਾਗੀ ਕਰਕੇ ਜਿਸਕੇ ਜਾਗੇ ਭਾਗ ਮਹਾਨ ਮਨੂਕ ਇਸ ਕਾਰਜ ਦੇ ਵਿੱਚ ਸਭ ਤੋਂ ਵੱਡੇ ਮਰਦਾਨੇ ਦੇ ਭਾਗ ਜਾਗੇ ਸਮਝੋ ਪੁਰਸ ਸੁਲਤਾਨ ਵਿਖੇ ਚਲ ਆਏ ਸ੍ਰੀ ਸੁਲਤਾਨਪੁਰ ਸਾਹਿਬ ਚੱਲ ਕੇ ਪਹੁੰਚ ਗਏ ਹਨ ਸਾਰੇ ਨਰ ਨਾਰੀ ਸਭ ਦੇਤ ਵਿਧਾਏ ਸਭ ਇਸਤਰੀਆਂ ਪੁਰਸ਼ ਵਧਾਈਆਂ ਦਿੰਦੇ ਹਨ ਜੀ ਉਤਰ ਸਕਟ ਪਰ ਤੇ ਤਹ ਸਭ ਹੀ ਆ ਕਹਿੰਦੇ ਜਾ ਕੇ ਪੁੰਜ ਕੇ ਗੱਡੇ ਤੋਂ ਸਾਰੇ ਉਤਾਰਾ ਕੀਤਾ ਹੈ ਧਾਮ ਜੈ ਰਾਮ ਪਰਵੇਸੇ ਤਬ ਹੀ ਅੱਜ ਆ ਜ RAM ਜੀ ਦੇ ਘਰ ਵਿੱਚ ਜਾ ਕੇ ਪਰਮੇਸ਼ ਕੀਤਾ ਹੈ ਜੀ ਮਿਲੇ ਨਾਨਕੀ ਨੇਹੁ ਕਨੇਰਾ ਬੇਬੇ ਨਾਨਕੀ ਜੀ ਬਹੁਤਾ ਹੀ ਪ੍ਰੇਮ ਕਰਕੇ ਅੱਗੋਂ ਮਿਲੇ ਹਨ ਮਾਤ ਅੰਕਲੇ ਸਿਰ ਕਰ ਫੇਰਾ ਮਾਤਾ ਜੀ ਨੇ ਆਪਣੀ ਗਲਵਕੜੀ ਚ ਲੈ ਕੇ ਕਰਕੇ ਸਿਰ ਤੇ ਹੱਥ ਫੇਰਿਆ ਪਿਆਰ ਦਿੱਤਾ ਹੈ ਕਾਲੂ ਕੀ ਪ੍ਰਤ ਵਰਤਾ ਕੁਮਾਰੀ ਜੋ ਪਾਈ ਪਤੀ ਵਰਤਮਾਲੀ ਮਹਤਾ ਕਾਲੂ ਜੀ ਦੀ ਸੁਪੁੱਤਰੀ ਬੇਬੇ ਨਾਨਕੀ ਜੀ ਹੈ ਰੂਪ ਸੀਲ ਗੁਣ ਪੂਰਨ ਚਾਰੀ ਸੁੰਦਰ ਸਰੂਪ ਵਾਲੀ ਸੀਲ ਸੁਭਾਅ ਵਾਲੀਏ ਸੁੰਦਰ ਗੁਣਾ ਵਾਲੀ ਜੋ ਹੈ ਮਿਲ ਸਭ ਹਿੰਸੋਂ ਆਨੰਦ ਦੀਨਾ ਤੋ ਮਿਲ ਕੇ ਸਾਰਿਆਂ ਨੂੰ ਬੜਾ ਭਾਰੀ ਆਨੰਦ ਖੁਸ਼ੀ ਬਖਸ਼ੀ ਹੈ ਜਥਾ ਉਚਤ ਤਿਉ ਆਦਰ ਕੀਨਾ ਜਿਵੇਂ ਜਿਵੇਂ ਜੋਗ ਸੀ ਨਾਨਾ ਨਾਨੀ ਮਾਮਾ ਮਾਤਾ ਪਿਤਾ ਸਭ ਦਾ ਸਤਿਕਾਰ ਕੀਤਾ ਹੈ ਆਏ ਵਹਰਤੇ ਤਬੇ ਜੈ ਰਾਮ ਇਨਾਂ ਚੰਨ ਨੂੰ ਬਾਹਰੋਂ ਜੈ ਰਾਮ ਜੀ ਵੀ ਆ ਗਏ ਹਨ ਘਰ ਵਿੱਚ ਸਭ ਹਿੰਸੋਂ ਮਿਲ ਕੀਨ ਪ੍ਰਣਾਮ ਸਾਰਿਆਂ ਨੂੰ ਮਿਲ ਕਰਕੇ ਨਮਸਕਾਰ ਕੀਤੀ ਹੈ ਜੈ ਰਾਮ ਜੀ ਨੇ ਸ੍ਰੀ ਨਾਨਕ ਸੁਨ ਆਵਨ ਕਾਲੂ ਧੰਨ ਸਹਿਬ ਗੁਰੂ ਨਾਨਕ ਸਾਹਿਬ ਨੂੰ ਜੋ ਹੱਟ ਸਾਹਿਬ ਤੇ ਪਤਾ ਲੱਗਾ ਕਿ ਪਿਤਾ ਜੀ ਹੁਣੀ ਆਏ ਨਹੀਂ ਇਉਂ ਸੁਣ ਕੇ ਉੱਠ ਕਰ ਗਮਨੇ ਸਦਨ ਉਤਾਲੂ ਛੇਤੀ ਦੇ ਨਾਲ ਉੱਠ ਕੇ ਘਰ ਵਿੱਚ ਗਏ ਹਨ ਧਾਰਿਉ ਪਦ ਪੰਕਜ ਪਰ ਸੀਸਾ ਜਾ ਕਰਕੇ ਧੰਨ ਪਿਤਾ ਜੀ ਦੇ ਮਾਤਾ ਜੀ ਦੇ ਚਰਨਾਂ ਤੇ ਸਿਰ ਰੱਖਿਆ ਨਮਸਕਾਰ ਕੀਤੀ ਹੈ ਦਿਨ ਕਾਲੂ ਅਦਕ ਅਸੀਸਾ ਪਿਤਾ ਕਲਿਆਣ ਚੰਦ ਜੀ ਨੇ ਬਹੁਤ ਅਸੀਸਾ ਦਿੱਤੀਆਂ ਹਨ ਸੂਗਤ ਮਸਤ ਕੁ ਭਰ ਪਰ ਕੋਰੀ ਇਸ ਪ੍ਰਕਾਰ ਗਲਵਕੜੀ ਚ ਲੈ ਲੈ ਕੇ ਮੱਥਾ ਚੁੰਮਦੇ ਹਨ ਸੁਂਘਦੇ ਹਨ ਪਿਆਰ ਦਿੰਦੇ ਹਨ ਸਾਰੇ ਸੇਖੇ ਮੁਖ ਕੋ ਸੱਪ ਸੁਖ ਠੋਰੀ ਤੋ ਸਾਰੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਵਿੱਤਰ ਮੁਖਾਰ ਬਿੰਦਾਂ ਦਰਸ਼ਨ ਕਰਦੇ ਜੋ ਸੁੱਖਾਂ ਦਾ ਟਿਕਾਣਾ ਸਭ ਨੂੰ ਹੈ ਪਰਮ ਪ੍ਰੇਮ ਪੁਲਕਾਵਲ ਅੰਗਾ ਤੋ ਕਹਿੰਦੇ ਨੇ ਬੜਾ ਭਾਰੀ ਪ੍ਰੇਮ ਹੋ ਕਰਕੇ ਰੌਂਕਟੇ ਖੜੇ ਹੋਏ ਪੁਲਕਾਵਲੀ ਸੀਂਗ ਤੇ ਆ ਗਈ ਹੈ ਜੀ ਕਰਤ ਪਿਆਰ ਉਰ ਸੰਗ ਓ ਮੰਗਾ ਬੜੇ ਉਤਸ਼ਾਹ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਨੂੰ ਸਾਰੇ ਪਿਆਰ ਕਰਦੇ ਹਨ ਦੋਹਰਾ ਗਤ ਦਾਨੀ ਬੂਜਤ ਭਈ ਤਨ ਮੁਕਤੀ ਦਾਤਾ ਗਰੀਬ ਦਾ ਪੁੱਛਦੇ ਹਨ ਭਨਹੋ ਜਨਕ ਸਮਝਾਈ ਇਸ ਪ੍ਰਕਾਰ ਭਲੀ ਪ੍ਰਕਾਰ ਪਿਤਾ ਜੀ ਸਮਝਾਉਂਦੇ ਹਨ ਤਨ ਅਨਾਮ ਮਨ ਅਨੰਦ ਹੈ ਕਹਿੰਦੇ ਨੇ ਭਾਈ ਸਰੀਰ ਸੋ ਇਸ ਪ੍ਰਕਾਰ ਅਨਾਮ ਰੋਗ ਤੋਂ ਰਹਿਤ ਹੈ ਸੁਖ ਹੈ ਤਲਵੰਡੀ ਮੇਰਾਏ ਜਿਸ ਨੇ ਸਾਰਿਆਂ ਨੂੰ ਮਿਲ ਪਏ ਮਿਲ ਲਿਆ ਤੇ ਸਹਿਬਗੁਰੂ ਨਾਨਕ ਸਹਿਬ ਜੀ ਸਤਕਾਰਯੋਗ ਪਿਤਾ ਜੀ ਨੂੰ ਪੁੱਛਦੇ ਹਨ ਭਈ ਤਲਵੰਡੀ ਦੇ ਵਿੱਚ ਸਾਡੇ ਰਾਏ ਸਾਹਿਬ ਜੀ ਦਾ ਕੀ ਹਾਲ ਹੈ ਜਦੋਂ ਪੁੱਤਿਆ ਰਹੀ ਜੀ ਰਾਏ ਬੁਲਾਰ ਵਾਸਤੇ ਚਉਪਈ ਕਾਲੂ ਕਹਿਤ ਭਇਓ ਸੁਨ ਤਤ ਕਹਿਣ ਲੱਗੇ ਪੁੱਤਰ ਜੀ ਸੁਣੋ ਮਹਿਤਾ ਕਾਲੂ ਜੀ ਕਹਿੰਦੇ ਹਨ ਵਿਸਰ ਗਈ ਥੀ ਉਰ ਤੇ ਬਾਤ ਮੇਰੇ ਦਿਲ ਦੇ ਵਿੱਚ ਤਾਂ ਗੱਲ ਭੁੱਲੀ ਗਈ ਸੀ ਪਰ ਤੁਸੀਂ ਅੰਤਰਜਾਮਤਾ ਨਾਲ ਜਾਣ ਲਿਆ ਹੈ ਤੁਮ ਕਰ ਤੁਮ ਕਰਵਾਏ ਦਇਓ ਮੋਹ ਜਾਦੂ ਸਾਨੂੰ ਯਾਦ ਕਰਾ ਦਿੱਤਾ ਹੈ ਤੁਸਾਰਾ ਆਏ ਬੁਲਾਰ ਦੇ ਸੰਦੇਸ਼ੇ ਦਿੱਤੇ ਤੁਹਾਡੇ ਲਈ ਸਭੇ ਕੁਸ਼ਲ ਤਹ ਪ੍ਰਭੂ ਪ੍ਰਸਾਦੂ ਤੋਂ ਪਰਮੇਸ਼ਵਰ ਦੀ ਕਿਰਪਾ ਦਾ ਸਦਕਾ ਸਭ ਸੁਖ ਸ਼ਾਂਤ ਹੈ ਜੀ ਉੱਥੇ ਪਰਮ ਪ੍ਰੇਮ ਸੋ ਤਿਹ ਮਤ ਪੂਰੀ ਬੜੇ ਪ੍ਰੇਮ ਦੇ ਸਹਿਤ ਉਹਨਾਂ ਦੀ ਮਤ ਭਰਪੂਰ ਹੈ ਤੁਹਾਡੇ ਲਈ ਕਰ ਬੰਦਗੀ ਤੁਮ ਸੋ ਪੂਰੀ ਬੜੀ ਭਾਰੀ ਤੁਹਾਨੂੰ ਨਮਸਕਾਰ ਕੀਤੀ ਹੈ ਬੰਦਗੀ ਕੀਤੀ ਹੈ ਸਜਦਾ ਕੀਤਾ ਹੈ ਤੁਹਾਨੂੰ ਕਹਿਓ ਪਰੀ ਕੀਤ ਸੋ ਤਵ ਪਦ ਪਰਸਨ ਬੜੇ ਪ੍ਰੇਮ ਦੇ ਨਾਲ ਤੁਹਾਡੇ ਚਰਨਾਂ ਨੂੰ ਪਰਸਣਾ ਕਿਹਾ ਉਹਨਾਂ ਨੇ ਜਿਸ ਕੋ ਲਾਲਸ ਨਿਸ ਦਿਨ ਦਰਸ਼ਨ ਜਿਨ੍ਹਾਂ ਦੇ ਮਨ ਵਿੱਚ ਹਰ ਮਿਲਨੇ ਤੁਹਾਡੇ ਦਰਸ਼ਨਾਂ ਦੀ ਇੱਛਾ ਬਣੀ ਹੋਈ ਆ ਜੀ ਸੁਣ ਸੰਦੇਸ ਪ੍ਰੈ ਉੱਠੇ ਬਹੋਰੀ ਤਾਂ ਕਹਿੰਦੇ ਨੇ ਜਿਥੋਂ ਇਉਂ ਸੰਦੇਸ਼ਾ ਸੁਣ ਲਿਆ ਫਿਰ ਉੱਠੇ ਹਨ ਗਏ ਮਾਤ ਢਿਗ ਦਵੈ ਕਰ ਜੋਰੀ ਦੋਨੋ ਹੱਥ ਜੋੜ ਕੇ ਮਾਤਾ ਜੀ ਦੇ ਕੋਲ ਗਏ ਹਨ ਨਮਸਕਾਰ ਕੀਤੀ ਹੈ ਧਰਿਓ ਜੁਗਲ ਚਰਨਨ ਪਰ ਮਾਥਾ ਤਨ ਸਹਿਗੁਰੂ ਨਾਨਕ ਪਾਤਸ਼ਾਹ ਮਰਜ਼ਾਦਾ ਪਰਸ਼ੋਤਮ ਹਨ ਸੋ ਪਿਤਾ ਜੀ ਦਾ ਸਤਿਕਾਰ ਕੀਤਾ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਕੰਠ ਲਗਾਏ ਭੁਜ ਗਹਿ ਹੱਥ ਮਾਤਾ ਜੀ ਨੇ ਇਸ ਪ੍ਰਕਾਰ ਬਾਹ ਤੋਂ ਫੜ ਕੇ ਗਲੇ ਨਾਲ ਲਾਇਆ ਹੈ ਸਜਲ ਬिलोचन ਆਸਨ ਪਾਤੀ ਤੋ ਮਾਤਾ ਜੀ ਦੇ ਪ੍ਰੇਮ ਵਿੱਚ ਅੰਸੂ ਭਰ ਆਏ ਹਨ ਜੀ ਭਰ ਆਨੰਦ ਭੀ ਸੀਤਲ ਛਾਤੀ ਤੋ ਬੜਾ ਭਾਰੀ ਮਨ ਚ ਖੁਸ਼ੀ ਹੋਈਆਂ ਛਾਤੀ ਨੂੰ ਠੰਡ ਪਈ ਹੈ ਪੁੱਤਰ ਦਾ ਦਰਸ਼ਨ ਕਰਕੇ ਤਨਜ ਬਦਨ ਛੱਬ ਸਦਨ ਬਲੋਕੀ ਜਦੋਂ ਇਸ ਪ੍ਰਕਾਰ ਸੋਪਾ ਦੇ ਘਰ ਧੰਗ ਗੁਰੂ ਨਾਨਕ ਸਾਹਿਬ ਦੇ ਸੁੰਦਰ ਮੁਖ ਦਾ ਦਰਸ਼ਨ ਕੀਤਾ ਹੈ। ਉਤ ਸਭ ਸਮੇ ਜਾਨ ਅੰਸੂ ਰੋਕੀ। ਉਹ ਇਸ ਵਾਸਤੇ ਖੁਸ਼ੀ ਦਾ ਸਮਾ ਜਾਣ ਕੇ ਮਾਤਾ ਜੀ ਨੇ ਆਪਣੇ ਨੇਤਰਾਂ ਦੇ ਜਲ ਨੂੰ ਰੋਕ ਲਿਆ ਹੈ। ਦੇਵ ਪ੍ਰਭਾਵ ਹੈ ਕੀਨ ਬਿਯੋਗਨ ਤੇ ਮਾਤਾ ਜੀ ਕਹਿੰਦੇ ਹਨ ਕਿ ਪਰਮੇਸ਼ਵਰ ਦਾ ਭਾਣਾ ਹੈ ਮੈਨੂੰ ਵਿਜੋਗੀ ਕੀਤਾ ਵਿਛੋੜਾ ਪਾਇਆ ਸਾਡੇ ਵਿੱਚ ਨਹਿ ਮੁਜ ਸੁਖ ਦिए ਸਤ ਸੰਜੋਗਨ ਆਪਣੇ ਤਨ ਦੇ ਸੰਯੋਗ ਨਾਲ ਰਹਿਣ ਦਾ ਪਰਮੇਸ਼ਵਰ ਦੀ ਗਤੀ ਐਸੀ ਹੈ ਮੈਨੂੰ ਸਮਾਂ ਨਹੀਂ ਬਖਸ਼ਿਆ ਹੈ ਤਦਪ ਲਖਹੁ ਮੈਂ ਨਿਜ ਵਡ ਭਾਗੀ ਪਰ ਫਿਰ ਵੀ ਮੈਂ ਅੱਜ ਵੱਡੇ ਭਾਗਾ ਵਾਲੀ ਸਮਝਦੀ ਹਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਹਨ ਸੁਤ ਉਤ ਸਭ ਅਬ ਦੇਖਣ ਲੱਗੀ ਜੋ ਮੈਂ ਆਪਣੇ ਸੁਪੁੱਤਰ ਦਾ ਇਸ ਪ੍ਰਕਾਰ ਖੁਸ਼ੀ ਦਾ ਸਮਾਂ ਉਤਸ਼ਾਹ ਦਾ ਦੇਖਣ ਲੱਗੀ ਹਾਂ ਬਾਰ ਬਾਰ ਜਾ ਮਹਿ ਬਲਹਾਰੀ ਬਾਰ ਬਾਰ ਮਾਤਾ ਜੀ ਬਲਹਾਰ ਹੁੰਦੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਤ੍ਰਿਪਤ ਨਾ ਪਿਖ ਸੁਤ ਮੂਰਤ ਚ ਸੁੰਦਰ ਸਰੂਪ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਕੇ ਮਾਤਾ ਜੀ ਦਾ ਮਨ ਨਹੀਂ ਰਜਦਾ ਹੈ ਸ੍ਰੀ ਨਾਨਕ ਪੁਨ ਉਠ ਸੁਖ ਦਾਤਾ ਤਨ ਸੁਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਫਿਰ ਉੱਠੇ ਨੇ ਮਾਤਾ ਜੀ ਦਾ ਪਿਆਰ ਲੈ ਕੇ ਜਾਇ ਕਰੀ ਬੰਦਨ ਪਿਤ ਭ੍ਰਤ ਤੋ ਆਪਣੇ ਪਿਤਾ ਜੀ ਦੇ ਭ੍ਰਤਾ ਚਾਚਾ ਲਾਲੂ ਜੀ ਦੇ ਜਾ ਕੇ ਨਮਸਕਾਰ ਕੀਤੀ ਹੈ ਹਿਤਸੋਂ ਲਾਲੂ ਭਰ ਕਰ ਅੰਕਾ ਤੋ ਇਸ ਪ੍ਰਕਾਰ ਪਿਤਾ ਚਾਚਾ ਲਾਲ ਚੰਦ ਜੀ ਨੇ ਬਣੇ ਹਿਤ ਦੇ ਨਾਲ ਗਲਵਕੜੀ ਚਲਿਆ ਹੈ ਹਰਖਤ ਪੇਖਤ ਬਦਨ ਮਯੰਕਾ ਚੰਦਰਮਾ ਸ੍ਰੀਖੇ ਗੁਰੂ ਨਾਨਕ ਸਾਹਿਬ ਦੇ ਮੁਖ ਨੂੰ ਖੁਸ਼ ਹੋ ਕੇ ਦਰਸ਼ਨ ਕੀਤੇ ਹਨ ਕੰਠ ਲਗਾਏ ਰਹੋ ਸੁਖ ਪਾਈ ਗੱਲ ਨਾਲ ਲਾ ਕਰਕੇ ਬਹੁਤ ਸੁਖੀ ਹੋਏ ਹਨ ਜਿਉ ਕਿਰਪਨ ਧਨ ਤਜ ਨ ਸਕਾਈ ਤਾਂ ਇਸ ਪ੍ਰਕਾਰ ਪਿਆਰ ਦੇ ਹਾਲ ਐਸੀ ਗਲ ਵਕਣੀ ਪਾਈ ਜਿਵੇਂ ਸੂਮ ਬੰਦਾ ਧੰਨ ਨਹੀਂ ਛੱਡਦਾ ਹੈ ਇਸ ਤਰ੍ਹਾਂ ਹੁਣ ਚਾਚਾ ਜੀ ਗੁਰੂ ਨਾਨਕ ਸਾਹਿਬ ਨੂੰ ਛੱਡਦੇ ਨਹੀਂ ਹਨ ਪਿਆਰ ਵਿੱਚ ਇਸ ਪ੍ਰਕਾਰ ਪਿਆਰ ਕੀਤਾ ਹੈ ਜਨਮਿਉ ਹਮ ਘਰ ਸੁਖ ਸਤ ਸੁਖਦਾਈ ਸਾਡੇ ਘਰ ਵਿੱਚ ਕਹਿੰਦੇ ਨੇ ਸੁਪੁੱਤਰ ਸੁਖਦਾਤਾ ਇਸ ਪ੍ਰਕਾਰ ਜਨਮ ਲਿਆ ਕਿਉਂਕਿ ਧੰਨ ਸਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਮਰੱਥ ਹਨ ਆਪ ਜੀ ਮਹਿਤਾ ਕਾਲੂ ਜੀ ਦੇ ਗ੍ਰਹਿ ਵਿੱਚ ਅਵਤਾਰ ਧਾਰਨ ਕੀਤਾ ਹੈ ਚਾਚਾ ਲਾਲੂ ਜੀ ਚਾਚਾ ਚਾਚੀ ਜੀ ਹਨ ਪਰ ਉਹਨਾਂ ਦੇ ਘਰ ਵਿੱਚ ਵੀ ਔਲਾਦ ਨਹੀਂ ਹੋਈ ਉਹਨਾਂ ਗੁਰੂ ਨਾਨਕ ਸਾਹਿਬ ਨੇ ਪੁੱਤਰ ਕਰਕੇ ਇਸ ਪ੍ਰਕਾਰ ਪਿਆਰ ਕੀਤਾ ਬੇਬੇ ਨਾਨਕੀ ਜੀ ਸੋ ਭਗਤੀ ਦਾ ਅਵਤਾਰ ਮੰਨਿਆ ਹੈ ਸਹਿਬ ਸਤਿਗੁਰੂ ਪਾਤਸ਼ਾਹ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰੇਰਣਾ ਕੀਤੀ ਸੀ ਕਿ ਮਹਾਰਾਜ ਤੁਹਾਡੇ ਘਰ ਵਿੱਚ ਸੁਪੁੱਤਰ ਹੋਵੇ ਤੇ ਮੈਂ ਆਪਦੀ ਸੇਵਾ ਕਰਾਂ ਬੇਬੇ ਨਾਨਕੀ ਜੀ ਦੇ ਘਰ ਵਿੱਚ ਵੀ ਔਲਾਦ ਨਹੀਂ ਹੋਈ ਚਾਚਾ ਲਾਲੂ ਜੀ ਦੇ ਘਰ ਵਿੱਚ ਵੀ ਔਲਾਦ ਨਹੀਂ ਹੋਈ ਸਾਹਿਬ ਗੁਰੂ ਨਾਨਕ ਸਾਹਿਬ ਨੇ ਨਾਲੇ ਪਿਆਰ ਕੀਤਾ ਹੈ ਨਿਰਮਲ ਕੀਨੀ ਕੁਲ ਇਹ ਜਾਈ ਇਸ ਪ੍ਰਕਾਰ ਕਹਿੰਦੇ ਇਹਨਾਂ ਨੇ ਸਾਡੀ ਕੁਲ ਵਿੱਚ ਅਵਤਾਰ ਧਾਰਨ ਕਰਕੇ ਸਾਡੀ ਕੁਲ ਨੂੰ ਪਵਿੱਤਰ ਕਰ ਦਿੱਤਾ ਹੈ ਅਗਰਜ ਕੀ ਪਰਮੇਸ਼ਰ ਜਨ ਕਹਿੰਦੇ ਅੱਗੇ ਦੀਆਂ ਤੇਰਾ ਬਧਿਆ ਰੱਬ ਜਾਣੇ ਪਰ ਇਸ ਵੇਲੇ ਸਾਡੇ ਭਾਗ ਵੱਡੇ ਹਨ ਇਹਨਾਂ ਦੇ ਆਉਣ ਦੇ ਨਾਲ ਕਰ ਹਿਤ ਲਾਲੂ ਬਚਨ ਬਖਾਨੈ ਤੂੰ ਬਣਾ ਪ੍ਰੇਮ ਕਰਕੇ ਲਾਲੂ ਜੀ ਨੇ ਬਚਨ ਕੀਤੇ ਹਨ ਜੀ ਪੁਨ ਉਠ ਸ੍ਰੀ ਨਾਨਕ ਦੁਖ ਕੰਦਨ ਤੂੰ ਦੁਖ ਨੂੰ ਕਟਣ ਵਾਲੇ ਧੰਗ ਗੁਰੂ ਨਾਨਕ ਸਾਹਿਬ ਜੀ ਉੱਠੇ ਹਨ ਜਾਇ ਕਰੀ ਨਾਨ ਨ ਪਦ ਬੰਦਨ ਆਪਣੇ ਨਾਨਾ ਜੀ ਦੇ ਚਰਨਾਂ ਤੇ ਜਾ ਕਰਕੇ ਨਮਸਕਾਰ ਕੀਤੀ ਹੈ ਪਕਰ ਭੁਜਾ ਨਿਜ ਕੰਠ ਲਗਾਇਓ ਬਾਹਾਂ ਤੋਂ ਪਕੜ ਕਰਕੇ ਗਲੇ ਨਾਲ ਲਾਇਆ ਹੈ ਨਾਨਾ ਜੀ ਨੇ ਆਨੰਦ ਨੀਰ ਲੋਚਨ ਮਹਿ ਛਾਇਓ ਮਾਣਾ ਖੁਸ਼ੀ ਦੇ ਨਾਲ ਨਿਤਨਾ ਵਿੱਚ ਜਲ ਭਰ ਆਇਆ ਹੈ ਬਿਖਤ ਨਾ ਕੋ ਜਾਚਕ ਤਿਹ ਠੌਰੈ ਤੋ ਉਚਾਰ ਚ ਫਿਰੇ ਦੇਖੇ ਕੋਈ ਵੀ ਸੋ ਗਰੀ ਕੋਈ ਜਾਚਕ ਮੰਗਤਾ ਨਹੀਂ ਕੋਈ ਨੇੜੇ ਦਿਸਦਾ দান ਕਰਨ ਵਾਸਤੇ ਦੋਹਿਤ ਕੋ ਨ ਅੰਕ ਤੇ শোরੈ ਆਪਣੇ ਦੋਤੇ ਨੂੰ ਆਪਣੀ ਗਲਮਕਣੀ ਵਿੱਚੋਂ ਛੱਡਦੇ ਨਹੀਂ ਹੰ ਨਾਨਾ ਜੀ ਨਾਨੀ ਨਾਨਕ ਨਾਮ ਪਿਹਾਈ ਤੋਂ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਦੇ ਨਾਨੀ ਪਿਹਾਈ ਜੀ ਜਿਨ੍ਹਾਂ ਦਾ ਨਾਮ ਹੈ ਤਿਨ ਅਨੰਤ ਤੇ ਗਿਰਾ ਅਲਾਈ ਉਹਨਾਂ ਨੇ ਮੁਖ ਤੋਂ ਬਚਨ ਉਚਾਰਨ ਕੀਤਾ ਉਸ ਵੇਲੇ ਦੋਹਰਾ ਮੁਕਤ ਹੋ ਅਬ ਨਿਜ ਅੰਕ ਤੇ ਕਹਿਣ ਲੱਗੇ ਹੁਣ ਤੁਸੀਂ ਕਿਰਪਾ ਕਰੋ ਆਪਣੀ ਗਲਵਕਣੀ ਵਿੱਚੋਂ ਛੱਡ ਦਿਓ ਇਹਨਾਂ ਨੂੰ ਕਰ ਸਨੇਹ ਤੁਮ ਲੀਨ ਤੁਸਾਂ ਨੇ ਪਿਆਰ ਕਰ ਲਿਆ ਹੈ ਦੋ ਤਰੇ ਦੇ ਨਾਲ ਮਿਲਹਿ ਅਪਰਸੋਂ ਪ੍ਰੇਮ ਧਰ ਤੂੰ ਪ੍ਰੇਮ ਕਰਕੇ ਬਾਕੀ ਵੀ ਸਾਰਿਆਂ ਨਾਲ ਮਿਲਣ ਹਣ ਹੁਣ ਗੁਰੂ ਨਾਨਕ ਸਾਹਿਬ ਜੀ ਬਿਰਹ ਕਰਹਿ ਸਭ ਸ਼ੀਨ ਸਾਰਿਆਂ ਦਾ ਮਿਛੌਣਾ ਦੂਰ ਕਰਨ ਮਿਲਾਪ ਕਰਕੇ ਚਉਪਈ ਮੈਂ ਨਾ ਤਜਉ ਰਾਮੇ ਬਚ ਭਗਤ ਨਾਨਾ ਰਾਮਾ ਜੀ ਕਹਿੰਦੇ ਨੇ ਵੀ ਮੈਂ ਨਹੀਂ ਅਜੇ ਛੱਡਣਾ ਹੈ ਆਪਣੀ ਗੋਦੀ ਵਿੱਚੋਂ ਜਦੋਂ ਪੂਰਨ ਹੋਵੇ ਨਹ ਕਾਖਾ ਜਦੋਂ ਤੱਕ ਮੇਰੇ ਮਨ ਦੀ ਇੱਛਾ ਨਹੀਂ ਪੂਰੀ ਹੁੰਦੀ ਉਦੋਂ ਤੱਕ ਨਹੀਂ ਮੈਂ ਛੱਡਦਾ ਦਬਹਿ ਬਚੋਰੋਂ ਆਪਣੇ ਉਰਸੋਂ ਉਦੋਂ ਆਪਣੀ ਛਾਤੀ ਦੇ ਨਾਲੋਂ ਪਰੇ ਕਰੂੰ ਗੁਰੂ ਨਾਨਕ ਸਾਹਿਬ ਜੀ ਨੂੰ ਸਿਰ ਬਾਰੋਂ ਧਨ ਬਹੁ ਨਿਜ ਕਰਸੂੰ ਆਪਣੇ ਹੱਥ ਨਾਲ ਇਹਨਾਂ ਦੇ ਸਿਰ ਤੋਂ ਬਹੁਤਾ ਸਾਰਾ ਧੰਨ ਵਾਰ ਕੇ ਗਰੀਬਾਂ ਨੂੰ ਵੰਡਾਂਗਾ ਫਿਰ ਛੱਡੂਗਾ ਸੁਨਤ ਪਿਹਾਈ ਬਚਨ ਅਲਾਵੇ ਨਾਨੀ ਨੇ ਬਚਨ ਕੀਤਾ ਸੁਣ ਕੇ ਕਰੋ ਨਿਸ਼ਾਵਰ ਜੋ ਮਨ ਭਾਵੈ ਜੋ ਤੁਹਾਡੇ ਮਨ ਵਿੱਚ ਭੌਂਦਾ ਹੈ ਤੁਸੀਂ ਬਾਹਰੋ ਮਹਾਰਾਜ ਤੋਂ ਦਾਨ ਕਰੋ ਬਾਰ ਕੇ ਰਮ ਕਹਿ ਕੋ ਆਏ ਨ ਮੰਗਨ ਤੋ ਨਾਨਾ ਜੀ ਕਹਿੰਦੇ ਹਨ ਕੋਈ ਮੰਗਤਾ ਨਹੀਂ ਦੇਣੇ ਆਉਂਦਾ ਹੈ ਦੇਉ ਨਿਸ਼ਾਵਰ ਕਰ ਕੇ ਅੰਗਨ ਤੁਸੀਂ ਇਸ ਪ੍ਰਕਾਰ ਮੈਂ ਇਸ ਮੇੜੇ ਦੇ ਵਿੱਚ ਕੋਈ ਮੰਗਤੇ ਹੋਣ ਤੇ ਉਹਨਾਂ ਨੂੰ ਸੋ ਧਨ ਦਾਨ ਕਰਾਂ ਇਸ ਵੇਲੇ ਖੁਸ਼ੀ ਦੇ ਮੌਕੇ ਤਬਹੇ ਨਾਨਕੀ ਤੁਲਸਾ ਦਾਸੀ ਤਦੋ ਬੇਬੇ ਨਾਨਕ ਜੀ ਨੇ ਆਪਣੇ ਘਰ ਦੀ ਦਾਸੀ ਤੁਲਸਾ ਨੂੰ ਕਿਹਾ ਹੈ ਪਠਈ ਜਾਚਕ ਅਨੁਪਾਸੀ ਉਹ ਭੇਜਿਆ ਹੈ ਜਾਓ ਜਾ ਕਰਕੇ ਗਰੀਬਾਂ ਨੂੰ ਬੁਲਾ ਕੇ ਲਿਆਓ ਜੀ ਜਬ ਜਾਚਕ ਜਾਣੇ ਤਹ ਆਈ ਜਦੋਂ ਜਾਣਿਆ ਪਈ ਗਰੀਬ ਲੋਕ ਆ ਗਏ ਹਨ 20 ਰੁਪਈਆਂ ਟਕੇ ਮੁਗਾਏ 20 ਰੁਪਈਆਂ ਦੀ ਭਾਨ ਮੰਗਾ ਲਈ ਹੈ ਨਾਨਾ ਜੀ ਨੇ ਦਸ ਕੇ ਨਾਨੀ 500 ਮਮ ਇਸ ਪ੍ਰਕਾਰ ਦਸਾਂ ਦੀ ਭਾਨ ਨਾਨੀ ਜੀ ਨੂੰ ਦਿੱਤੀ ਹੈ ਪੰਜਾਂ ਦੀ ਮਮ ਜਿਹਨੂੰ ਦਿੱਤੀ ਹੈ ਕਰਹੇ ਨਿਸ਼ਾਵਰ ਸਿਰ ਸੁਖ ਧੰਮ ਤੋ ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਦੇ ਅਸੀਸ ਤੋਂ ਸਾਰੇ ਹੀ ਵਾਰ ਕਰਕੇ ਇਸ ਪ੍ਰਖ ਖੁਸ਼ੀ ਦੇ ਮੌਕੇ ਦਾਨ ਕਰਦੇ ਹਨ ਗਰੀਬਾਂ ਨੂੰ ਅੰਗਨ ਮਹਿ ਮੰਗਨ ਸੰਪੂਰ ਤੋ ਕਹਿੰਦੇ ਵਿੜੇ ਦੇ ਵਿੱਚ ਹੁਣ ਮੰਗਤਿਆਂ ਨਾਲ ਵਿੜਾ ਭਰ ਗਿਆ ਹੈ ਲੇਵਨ ਹੇਤ ਪੀਰ ਪੀ ਭੂਰਾ ਦਾਨ ਲੈਣ ਵਾਸਤੇ ਬੜੀ ਭਾਰੀ ਭੀੜ ਹੋਈ ਹੈ ਜੀ ਆਨ ਦਰਬ ਕਿਸ ਨੇ ਪਿਤ ਪੁੱਛਾ ਤੋ ਕਹਿੰਦੇ ਇਸ ਪ੍ਰਕਾਰ ਕਿਸ਼ਨਾ ਜੀ ਨੇ ਇਸ ਪ੍ਰਕਾਰ ਪਿਤਾ ਜੀ ਨੂੰ ਪੁੱਛਿਆ ਹੈ ਧਨ ਦਇਓ ਸਬਨ ਕੋ ਤਜਿਓ ਨਾ ਸੂਛਾ ਕਿਸੇ ਨੂੰ ਵੀ ਖਾਲੀ ਨਹੀਂ ਛੱਡਿਆ ਹੈ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਮਾਮਾ ਕਿਸ਼ਨਾ ਜੀ ਨੇ ਇਸ ਪ੍ਰਕਾਰ ਸੋ ਗੁਰੂ ਸਾਹਿਬ ਦੇ ਨਾਨਾ ਜੀ ਤੋਂ ਧਨ ਲੈ ਕੇ ਉਹਨਾਂ ਨੇ ਵੀ ਦਾਨ ਕੀਤਾ ਹੈ ਕੀਓ ਨਾਨਕੇ ਉਤਸਵ ਪੂਰੀ ਭਾਈ ਇਹ ਹੁਣ ਨਾਨਕਾ ਨਾਨਨੇ ਆਏ ਨੇ ਨਾਨਕੇ ਉਹਨਾਂ ਨੇ ਬੜਾ ਭਾਰੀ ਉਤਸ਼ਾਹ ਕੀਤਾ ਹੈ ਜੀ ਇਸ ਮੌਕੇ ਤੇ ਵਿਆਹੇ ਸਮਾਨ ਜੋ ਹੋਵੇ ਬਿਦਰੂਰੀ ਜੋ ਵਿਆਹ ਦਾ ਸਮਾਨ ਹੁੰਦਾ ਹੈ ਨਾਨਕਿਆਂ ਵੱਲੋਂ ਬੜੀ ਸੋਹਣੀ ਮਰੂਰੀ ਬਿੱਦ ਨਾਲ ਸੁੰਦਰ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਹੀ ਆਪਣਾ ਜਿਹੜਾ ਸੀ ਫਰਜ਼ ਆਦਾ ਕੀਤਾ ਹੈ ਦੁਹਰਾ ਮਿਲ ਕੇ ਸਭ ਤਹੇ ਥਾਨ ਮਹਿ ਉਸ ਵੇਲੇ ਉਸ ਜਗ੍ਹਾ ਤੇ ਸਾਰਿਆਂ ਨੇ ਮਿਲ ਕੇ ਮਾਨਿਓ ਅਦਕ ਆਨੰਦ ਬੜਾ ਭਾਰੀ ਆਨੰਦ ਮਾਣਿਆ ਹੈ ਜੀ ਜਸ ਸੁੰਦਰ ਵਿਸਤਤਰਤ ਕਰ ਤੂੰ ਬੜਾ ਭਰ ਵਿਸਤ੍ਰਿਤ ਕਰ ਸੋ ਬੜਾ ਭਾਰੀ ਜਸ ਫਲਾਇਆ ਉਸ ਵੇਲੇ ਮਨੋ ਪ੍ਰਕਾਸ਼ਿਤ ਚੰਦ ਮਾਨੋ ਕੇ ਮੇਂ ਚੰਦਰਮਾ ਦਾ ਪ੍ਰਕਾਸ਼ ਪੂਰਨ ਮਾਸ਼ੀ ਦਾ ਹੋਵੇ ਇਤਨਾ ਭਾਰੀ ਜਸ ਹੋਇਆ ਜੀ ਸਾਰੇ ਸੁਲਤਾਨਪੁਰ ਸਾਹਿਬ ਵਿੱਚ ਚਉਪਈ ਏਕ ਦਿਉਸ ਤਹਿ ਕੀਨ ਮੁਕਾਮੂ ਇੱਕ ਦਿਨ ਸਾਰਿਆਂ ਨੇ ਹੀ ਉੱਥੇ ਟਿਕਾ ਕੀਤਾ ਹੈ ਪੁਨ ਪਯਾਨ ਕੀਏ ਮੂਲੇ ਧਾਮੂ ਤਾਂ ਸਾਰਿਆਂ ਨੇ ਸਲਾਹ ਕਰਕੇ ਪਈ ਹੁਣ ਸੋ ਮੂਲ ਚੰਦ ਜੀ ਆਪਣੀ ਪੁੱਤਰੀ ਵੱਲੋਂ ਸਗਨ ਰਸਮ ਅਦਾ ਕਰ ਗਏ ਹਨ ਹੁਣ ਗੁਰੂ ਨਾਨਕ ਸਾਹਿਬ ਜੀ ਵੱਲੋਂ ਇਕੱਠੇ ਹੋ ਕਰਕੇ ਜਾ ਕੇ ਸੋ ਕਹਿੰਦੇ ਨੇ ਭਾਈ ਮੂਰ ਚੰਦ ਚੋਣਾ ਜੀ ਦੇ ਘਰ ਪਹੁੰਚ ਕਰਕੇ ਅਸੀਂ ਵੀ ਸੰਗਨ ਕਰਨਾ ਹੈ ਪਰਮਾਨੰਦ ਨੰਦਨ ਜੈ ਰਾਮੂ ਸੋ ਪਰਮਾਨੰਦ ਜੋ ਜੈ ਰਾਮ ਜੀ ਦੇ ਪਿਤਾ ਜੀ ਹਨ ਕਰੀ ਤਿਆਰੀ ਚੱਲ ਬੇ ਕਾਮੂ ਸੋ ਚਲਣ ਵਾਸਤੇ ਸਾਰੀ ਤਿਆਰੀ ਕੀਤੀ ਹੈ ਜੀ ਰਾਮਾ ਕ੍ਰਿਸ਼ਨਾ ਕਾਲੂ ਲਾਲੂ ਤੋ ਰਾਮਾ ਜੀ ਨਾਨਾ ਜੀ ਕ੍ਰਿਸ਼ਨਾ ਜੀ ਮਾਮਾ ਜੀ ਗੁਰੂ ਸਾਹਿਬ ਦੇ ਚਾਚਾ ਤੇ ਪਿਤਾ ਜੀ ਸਤਕਾਰਯੋਗ ਹਰਖਤ ਔਰ ਮਹਿ ਚੱਲੇ ਉਤਾਲੂ ਮਣੀ ਕਾਲੀ ਦੇ ਨਾਲ ਖੁਸ਼ ਹੋ ਕਰਕੇ ਚੱਲੇ ਹਨ ਜਿਸ ਪ੍ਰਕਾਰ ਗਮਨੇ ਕਰਮ ਕਰਮ ਮਗ ਕੋ ਤਿਆਗੇ ਹੌਲੀ ਹੌਲੀ ਰਸਤਾ ਤਿਆਗ ਕਰਕੇ ਚੱਲਦੇ ਹੋਏ ਪੱਖੋ ਕ ਰੰਧਾਵੇ ਪਹੁੰਚੇ ਹਨ ਨਿਕਟ ਜਾਏ ਪਹੁੰਚੇ ਵੱਡ ਭਾਗੇ ਵੱਡੇ ਭਾਗਾਾਂ ਵਾਲੇ ਨੇੜੇ ਪਹੁੰਚੇ ਹਨ ਹੁਣ ਬਟਾਲੇ ਦੇ ਵਿੱਚ ਆ ਗਿਆ ਸਾਰਾ ਉਹ ਭੇਜਿਓ ਦਿਜ ਨਿਦਾ ਅਗਵਾਏ ਆਪਣਾ ਨਿਦਾ ਪ੍ਰੋਹਤ ਜੋਸੀ ਬ੍ਰਾਹਮਣ ਉਸ ਨੂੰ ਇਸ ਪ੍ਰਕਾਰ ਖਬਰ ਕਰਨ ਵਾਸਤੇ ਅੱਗੇ ਭੇਜਿਆ ਹੈ ਘਰ ਵਿੱਚ ਸੁਧ ਮੂਲੇ ਕੋ ਬੇਦੀ ਆਏ ਤੇ ਜਾ ਕਰਕੇ ਇਸ ਪ੍ਰਕਾਰ ਹੇ ਮੂਲ ਮੂਲਚੰਦ ਜੀ ਨੂੰ ਜਾ ਕੇ ਦੱਸਣਾ ਹੈ ਕਿ ਬੀਦੀ ਆਏ ਹਨ ਚੌਕੜ ਖਰਚਨ ਸਮਝੋ ਕਾਜਾ ਇਹ ਕੰਮ ਜਿਹੜਾ ਹੈ ਸਮਝ ਚੌਕੜ ਖਰਚਣਾ ਹੈ ਜੋ ਸਗੰਦੀ ਰਸਮ ਕਰਨੀ ਹੈ ਜੀ ਜਾਏ ਕਹੋ ਇਵ ਕਰਹਿ ਸਮਾਜ ਤੁਸੀ ਜਾ ਕਰਕੇ ਸਨੇਹਾ ਦੇਉ ਪ੍ਰੋਧੇ ਨੂੰ ਭੇਜਿਆ ਹੈ ਪ੍ਰੋਤ ਨੂੰ ਕਿ ਜਾ ਕਰਕੇ ਸਨੇਹਾ ਦੇਉ ਤਾਂ ਕਿ ਆਪਣੀ ਤਿਆਰੀ ਕਰ ਲਵੇ ਗਮਨਿਓ ਘਰ ਪੇਖ ਦੀਨ ਅਸੀਸਾ ਤੋ ਘਰ ਵਿੱਚ ਪਹੁੰਚ ਕੇ ਪ੍ਰੋਤ ਦੀ ਜਾ ਕੇ ਅਸੀਸ ਦਿੱਤੀ ਹੈ ਚਰਨ ਜੀ ਵਕਰ ਹੈ ਜਗਦੀਸ਼ਾ ਥੋ ਪਾਈ ਜਗਦੀਸ਼ ਪਰਮੇਸ਼ਵਰ ਚਰਨ ਜੀ ਵੀ ਕਰੇ ਜੀ ਮੂਲੇ ਬੰਦਨ ਦਿਜ ਕੋ ਕੀਨੋ ਇਸ ਪ੍ਰਕਾਰ ਸੋ ਪੰਡਤ ਪ੍ਰੋਹਤ ਜਾਣ ਕਰਕੇ ਮੂਲ ਚੰਦ ਜੀ ਨੇ ਸਤਿਕਾਰ ਕੀਤਾ ਹੈ ਸਨਮਾਨ ਆਸਨ ਆਸੀਨੋ ਤੋਂ ਬੜਾ ਸਤਿਕਾਰ ਦਿੱਤਾ ਆਸਣ ਦੇ ਕੇ ਬਿਠਾਇਆ ਹੈ ਜੀ ਕਹਤੇ ਭਯੋ ਆਬਨ ਤੋਹੀ ਇਸ ਪ੍ਰਕਾਰ ਪੁੱਛਦੇ ਨੇ ਜੀ ਪ੍ਰੋਹਤ ਜੀ ਕਿੰਦਰੋਂ ਆਉਣਾ ਹੋਇਆ ਤੁਹਾਡਾ ਆਪਣੀ ਕਹੋ ਵਾਰਤਾ ਮੋਹੀ ਆਪਣੀ ਵਾਰਤਾ ਦੱਸੋ ਮੈਨੂੰ ਕਿਸ ਤਰ੍ਹਾਂ ਤੁਸੀਂ ਆਏ ਹੋ ਜੀ ਸੁਣ ਕਰ ਬ੍ਰਾਹਮਣ ਅਚਨ ਅਲਾਇਆ ਤੋਂ ਕਹਿੰਦੇ ਇਸ ਪ੍ਰਕਾਰ ਸੋ ਬ੍ਰਾਹਮਣ ਨੇ ਸੁਣ ਕਰਕੇ ਅਗੋਂ ਬਚਨ ਕੀਤਾ ਕਹਿਣ ਲੱਗਾ ਹੌਸਲਤਾਨ ਨਗਰ ਤੇ ਆਇਆ ਮੈਂ ਹੁਣ ਸੁਲਤਾਨਪੁਰ ਸਾਹਿਬ ਤੋਂ ਆ ਰਿਹਾ ਹਾਂ ਪਰਮਾਨੰਦ ਪਠਾ ਤੁਮ ਪਾਸਾ ਪਰਮਾਨੰਦ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਮੈਨੂੰ ਸੁਨੇਹਾ ਦੇਣ ਵਾਸਤੇ ਆਏ 베ਦੀ ਲਖੋ ਆਵਾਸ ਤੁਸੀਂ ਜਾਣੋ ਕਿ ਤੁਹਾਡੇ ਘਰ ਵਿੱਚ 베ਦੀ ਆਏ ਨੇ ਸਹਿਬ ਗੁਰੂ ਨਾਨਕ ਸਭ ਦੇ ਬੇਦੀ ਵੰਸ ਵਾਲੇ ਆਏ ਹਨ ਚੌਕੜ ਖਰਚਨ ਕੀ ਬਿਦ ਜਾਣਹੁ ਤੁਸੀਂ ਜਾਣ ਲਓ ਪੰਜਾ ਕੁਣਮਾਈ ਚੌਕੜ ਖਰਚਣਾ ਹੈ ਸਾਜੋ ਸਮਾਨ ਲੈ ਕਰਕੇ ਆਏ ਹਨ ਜੀ ਸੁਧ ਕਰਨੇ मम ਆਵਨ ਮੰਨਹੁ ਤੇ ਮੈਨੂੰ ਆਉਣਾ ਤੁਸੀਂ ਇੰਜ ਜਾਣੋ ਤੁਹਾਨੂੰ ਖਬਰ ਕਰਨ ਵਾਸਤੇ ਆਇਆ ਹਾਂ ਸੁਨ ਮੂਲਾ ਬੋਲਿਓ ਦਿਵਜ ਸਾਥੀ ਤੋ ਕਹਿੰਦੇ ਨੇ ਭਾਈ ਮੂਲ ਚੰਦ ਜੀ ਪ੍ਰੋਹਤ ਜੀ ਨਾਲ ਬਚਨ ਕੀਤਾ ਕਹਿੰਦੇ ਹਨ ਭਲਾ ਭਇਓ ਆਵਹਿ ਮੁਜ ਮਾਥੇ ਤੋ ਭਲਾ ਹੋਇਆ ਜੀ ਸਾਡੇ ਸਿਰ ਮੱਥੇ ਤੇ ਆਏ ਹਨ ਤਾਂ ਜੀ ਆਇਆਂ ਨੂੰ ਤੂਰਨ ਜਹ ਤਹ ਦਾਸ ਪਠਾਏ ਛੇਤੀ ਹੀ ਸੇਵਕਾਂ ਨੂੰ ਭੇਜ ਕਰਕੇ ਅੱਗੇ ਪਿੱਛੇ ਸਾਰੇ ਆਪਣੇ ਰਿਸ਼ਤੇਦਾਰੀ ਵਿੱਚ ਲੀਏ ਮਗਵਾਏ ਸੋਜ ਸਮਦਾਏ ਸਾਜੋ ਸਮਾਨ ਮੰਗਾ ਲਿਆ ਹੈ ਆਪਣੇ ਰਿਸ਼ਤੇਦਾਰਾਂ ਨੂੰ ਕਤਰ ਕੀਤਾ ਹੈ ਦਿਵਜ ਭੇਜਿਓ ਪੁਨ ਬੋਲ ਪਠਾ ਆਏ ਤੋ ਕਹਿੰਦੇ ਇਸ ਪ੍ਰਕਾਰ ਸੋ ਪ੍ਰੋਹਤ ਨੂੰ ਭੇਜ ਕਰਕੇ ਪੰਡਤ ਨੂੰ ਆਪਣੇ ਨੂੰ ਤੇ ਬੁਲਾ ਭੇਜਿਆ ਸਭਨਾਂ ਨੂੰ ਮੂਲੇ ਸਦਨ ਸਭੇ ਚਲ ਆਏ ਤੋ ਮੂਲਾ ਜੀ ਆਪਣੀ ਬਰਾਦਰੀ ਨੂੰ ਇਸ ਪ੍ਰਕਾਰ ਇਕੱਠੇ ਕੀਤਾ ਭਰਾਵਾਂ ਆਦਿਕ ਸ਼੍ਰੀਕੇ ਨੂੰ ਮਿਲ ਕੇ ਕਰੀ ਭਲੇ ਕੁਲ ਰੀਤਾ ਤੋ ਮਿਲ ਕਰਕੇ ਭਲੀ ਪ੍ਰਕਾਰ ਹੀ ਆਪਣੇ ਕੁਲ ਦੀ ਮਰਜ਼ਾਦਾ ਜਿਹੜੀ ਹੈ ਉਹਨੂੰ ਕੀਤਾ ਹੈ ਤਿਆਰ ਹਰਖੇ ਵਦੀ ਨਵੀਨੀ ਪ੍ਰੀਤਾ ਬੜੇ ਖੁਸ਼ ਹੋਏ ਨੇ ਭਾਈ ਨਵਾਂ ਰਿਸ਼ਤਾ ਬਣਿਆ ਨਵੀਂ ਪ੍ਰੀਤ ਇਸ ਪ੍ਰਕਾਰ ਹੋਈ ਹੈ ਚੌਕੜ ਖਰਚਨ ਜੋ ਵਿਦ ਚੀਨੀ ਜੋ ਜਾਣਿਆ ਹੈ ਕਿ ਇਸ ਪ੍ਰਕਾਰ ਜੋ ਸਗੰਦਾ ਕੰਮ ਹੈ ਚੌਕੜ ਖਰਚਣ ਦਾ ਜੋ ਪ੍ਰੋਗਰਾਮ ਸੀ ਪਰਮਾਨੰਦ ਸਭੇ ਤਬ ਕੀਨੀ ਤੋ ਪਰਮਾਨੰਦ ਜੀ ਨੇ ਸਾਰੀ ਹੀ ਮਰਜ਼ਾਦਾ ਕੀਤੀ ਹੈ ਜਾ ਕੇ ਰਾਹੁ ਲਾਗ ਜੁਗ ਘਾ ਤੇ ਹੋਇਓ ਇਸ ਪ੍ਰਕਾਰ ਜਿਹੜਾ ਵੀ ਇਸ ਪ੍ਰਕਾਰ ਦੋਨਾਂ ਪਾਸਿਆਂ ਤੋਂ ਜੋ ਵੀ ਇਸ ਪ੍ਰਕਾਰ ਲਾਗ ਜੋਗ ਕਰਨਾ ਸੀ ਸਗੰਵੇਲੇ ਉਹ ਸਾਰਾ ਕੀਤਾ ਮਰਜ਼ਾਦਾ ਭਈ ਵਿਧਾਈ ਸੋਕ ਗੋਇਓ ਇਸ ਪ੍ਰਕਾਰ ਸਬ ਦੋਨਾਂ ਪਾਸਿਆਂ ਤੋਂ ਵਧਾਈ ਹੋਈ ਹੈ ਸਭ ਚਿੰਤਾ ਫਿਕਰ ਜਿਹੜਾ ਮਨ ਚੋਂ ਦੂਰ ਕੀਤਾ ਹੈ ਕਰ ਇਕੰਤ ਕਾਲੂ ਕਹਿ ਬਾਨੀ ਤੋਂ ਬਕਰਿਆਂ ਕਰਕੇ ਮਹਤਾ ਕਾਲੂ ਜੀ ਬਚਨ ਕਰਦੇ ਹਨ ਪਰਮ ਆਨੰਦ ਸੁਨੋ ਸੁਖ ਖਾਨੀ ਕਹਿੰਦੇ ਪਰਮ ਆਨੰਦ ਜੀ ਤੁਸੀਂ ਸੁਣੋ ਸੁੱਖਾਂ ਦੇ ਖਜ਼ਾਨੇ ਉਹ ਸੁਣੋ ਮੂਲੇ ਤੇ ਮੰਗੋ ਤੁਮ ਸਾਹਾ ਇੰਜ ਕਰੋ ਤੋ ਮੂਲ ਚੰਦ ਜੀ ਤੋਂ ਤੁਸੀਂ ਵਿਆਹ ਦਾ ਸਾਹਾ ਮੰਗੋ ਹੁਣ ਭਲੇ ਭਾਤ ਜੋ ਹੋਏ ਵਿਵਾਹ ਜੋ ਚੰਗੇ ਸੋਹਣੇ ਤਰੀਕੇ ਦੇ ਨਾਲ ਵਿਆਹ ਦੀ ਰਸਮ ਹੋ ਜਾਵੇ ਕੀਨੇ ਪ੍ਰਥਕ ਮੂਲੇ ਕੋ ਤਬ ਹੀ ਤਦੋਂ ਪਰਮਾਨੰਦ ਜੀ ਨੇ ਮੂਲਚੰਦ ਜੀ ਨੂੰ ਪਾਸੇ ਇਕੱਲਿਆਂ ਕੀਤਾ ਹੈ ਪਰਮਾਨੰਦ ਕਹੀ ਬਿਦ ਸਭ ਹੀ ਤੋ ਪਰਮਾਨੰਦ ਜੀ ਨੇ ਸਾਰੀ ਇਸ ਪ੍ਰਕਾਰ ਗੱਲਬਾਤ ਕੀਤੀ ਹੈ ਮੂਲਚੰਦ ਜੀ ਦੇ ਨਾਲ ਕੰਨਿਆ ਵਰ ਕੀ ਬੈ ਵਿਆਹ ਤਰਨਾ ਇਸ ਪ੍ਰਕਾਰ ਭਈ ਬੱਚੀ ਤੇ ਬੱਚੇ ਦੀ ਉਮਰ ਜਵਾਨ ਹੈ ਤੋ ਵਿਆਹ ਦਾ ਜੋ ਇਸ ਪ੍ਰਕਾਰ ਸਾਹਾ ਕਰਨਾ ਹੈ ਸਾਹ ਲਿਖ ਦੇਹ ਲਖ ਆਚਰਨ ਇਸ ਪ੍ਰਕਾਰ ਸੋ ਤੁਸੀਂ ਹੁਣ ਸਮਝ ਜਾਣ ਕਰਕੇ ਜੋ ਸਾਹਾ ਬੰਨ ਲਓ ਸਾਹਾ ਲਿਖ ਦਿਓ ਜੀ ਸੁਣ ਮੂਲੇ ਨੇ ਬਚਨ ਉਚਾਰੇ ਮੂਲ ਚੰਦ ਜੀ ਨੇ ਸੁਣ ਕਰਕੇ ਇਉਂ ਬਚਨ ਕੀਤਾ ਕਹਿਣ ਲੱਗੇ ਲਹਮਨੂ ਮਨ ਬੈਨ ਤੁਮਾਰੇ ਕਹਿੰਦੇ ਵੀ ਹੁਣ ਇਸ ਵੇਲੇ ਤੁਹਾਡਾ ਬਚਨ ਮੈਂ ਨਹੀਂ ਮੰਨਾਂਗਾ 1 ਬਰਸ ਬੀਤੇ ਤਿਹ ਪਾਛੇ ਹੁਣ ਅੱਜ ਤੋਂ ਕਹਿੰਦੇ 1 ਸਾਲ ਜਦੋਂ ਗੁਜ਼ਰ ਜਾਉ ਉਸ ਤੋਂ ਬਾਅਦ ਮੈਂ ਕਰਾਂਗਾ ਗਾ ਲਿਖ ਭੇਜੋ ਸਾਹਾ ਮੈਂ ਆਛੇ ਭਲੀ ਪ੍ਰਕਾਰ ਮੈਂ ਆਪ ਹੀ ਸਾਲ ਤੋਂ ਬਾਅਦ ਸਾਹਾ ਲਿਖ ਕਰਕੇ ਭੇਜ ਦਿਆਂਗਾ ਜੀ ਅਸ ਸੁਣ ਕੇ ਤិន ਤੂ ਸੁਣ ਠਾਨੀ ਿਉ ਸੁਣ ਕਰਕੇ ਪਰਮਾਨੰਦ ਜੀ ਚੁੱਪ ਹੋ ਗਏ ਹਨ ਭਨੀ ਜੋ ਮੂਲੇ ਸੋ ਮਨ ਮਾਨੀ ਜੋ ਮੂਲ ਚੰਦ ਜੀ ਨੇ ਇਸ ਪ੍ਰਕਾਰ ਬਚਨ ਕੀਤਾ ਪਰਮਾਨੰਦ ਜੀ ਨੇ ਮੰਨ ਲਿਆ ਹੈ ਇੱਕ ਦਿਨ ਰਹ ਭੀ ਬਿਦਾਸ ਸਕੀਰਤ ਇਸ ਪ੍ਰਕਾਰ ਸੁਣੇ ਕੀਰਤ ਜਸ ਦੇ ਸਾਥ ਰਹਿ ਕਰਕੇ ਇੱਕ ਦਿਨ ਗੁਮ ਗਰਮ ਹੈ ਸੁੰਦਰ ਜਸ ਬਿਸ ਤੀਰਤ ਸੋਹਣਾ ਪਿੰਡ ਵਿੱਚ ਜਸ ਕਰਕੇ ਫਿਰ ਵਿਦਾਈ ਲਈ ਹੈ ਸਕਟ ਅਰੂੜਹਿ ਪੰਥ ਸਿਧਾਈ ਤੂੰ ਆਪਣੀ ਸਵਾਰੀ ਤੇ ਸਵਾਰ ਹੋ ਕਰਕੇ ਰਸਤੇ ਵਿੱਚ ਵਾਪਸ ਚੱਲੇ ਹਨ ਪੁਰ ਸੁਲਤਾਨ ਵਿਖੇ ਚੱਲ ਆਈ ਸ੍ਰੀ ਸੁਲਤਾਨਪੁਰ ਸਾਹਿਬ ਚੱਲ ਕਰਕੇ ਆ ਗਏ ਹਨ ਜੀ ਕਰਤ ਨਾਨਕੀ ਉਤਸਵ ਭਾਰੀ ਇਸ ਪ੍ਰਕਾਰ ਬਿਬੇ ਨਾਨਕੀ ਜੀ ਨੇ ਬੜਾ ਭਾਰੀ ਉਤਸ਼ਾਹ ਕੀਤਾ ਹੈ ਸਦਨ ਬੁਲਾਈ ਨਾਗਰ ਨਾਰੀ ਸੋਹਣੀਆਂ ਬੀਬੀਆਂ ਨੂੰ ਇਸ ਪ੍ਰਕਾਰ ਘਰ ਵਿੱਚ ਖੁਸ਼ੀ ਦੇ ਮੌਕੇ ਬੁਲਾ ਲਿਆ ਹੈ ਗਾਵਤ ਗੀਤ ਮਿਲੀ ਪਿਕ ਬੈਨੀ ਸੋਹਣੇ ਇਸ ਪ੍ਰਕਾਰ ਸੋ ਸੁੰਦਰ ਸੋ ਪਿਕ ਬੈਨੀ ਕੋਇਲ ਵਰਗੇ ਗਲੇ ਵਾਲੀਆਂ ਬੀਬੀਆਂ ਗੀਤ ਗਾਉਂਦੀਆਂ ਹਨ ਗਾਰੀ ਦੇਹ ਸੁਖਦ ਮਿਰਗ ਨੈਨੀ ਸੋਹਣੇ ਮਿਰਗ ਸ੍ਰੀਖੇ ਨੇਤਰਾ ਵਾਲੀਆਂ ਬੀਬੀਆਂ ਖੁਸ਼ੀ ਦਾ ਗੀਤ ਗਾਉਂਦੀਆਂ ਹਨ ਮੰਗਤ ਜਨ ਪਾਵੇ ਬਹੁਦੰਨ ਤੋਂ ਮੰਗਤੇ ਲੋਕ ਆਉਂਦੇ ਹਨ ਬੜਾ ਦਾਨ ਪ੍ਰਾਪਤ ਕਰਦੇ ਹਨ ਜੀ ਦੇਹ ਅਸੀਸ ਬਧ ਹੈ ਸੁਖ ਨਨ ਨਾ ਨਾ ਪ੍ਰਕਾਰ ਦੇ ਸੁਖ ਵਧਦੇ ਹਨ ਅਸੀਸਾਂ ਦਿੰਦੇ ਹਨ ਸਾਰੇ ਕਿਤਕ ਦਿਨ ਰਹ ਪੁਰ ਸੁਲਤਾਨ ਸ੍ਰੀ ਸੁਲਤਾਨਪੁਰ ਸਾਹਿਬ ਕਿੰਨੇ ਕ ਦਿਨ ਰਹਿ ਕਰਕੇ ਪੁਨ ਕਾਲੂ ਚਹ ਕਰਿਉ ਪਿਆਨ ਮਹਤਾ ਕਲਿਆਣ ਚੰਦ ਜੀ ਹੁਣ ਵਾਪਸ ਆਪਣੀ ਨਗਰੀ ਨੂੰ ਜਾਣਾ ਚਾਹੁੰਦੇ ਹਨ ਹੋਵੈ ਹੈ اٹਕੀ ਕ੍ਰਿਤ ਪਟਵਾਰੀ ਕਹਿੰਦੇ ਪਟਵਾਰੀ ਦਾ ਕੰਮ ਹੈ ਸਾਡਾ ਹੁਣ ਰੁਕਿਆ ਹੋਵੇਗਾ ਅਬ ਗਮਨੋ ਮੈਂ ਰਦੇ ਵਿਚਾਰੀ ਹੋ ਚਿਤ ਵਿਚ ਵਿਚਾਰ ਕਰਦਿਆਂ ਹੁਣ ਅਸੀਂ ਚਲੀਏ ਆਪਣਾ ਕੰਮ ਕਰ ਸੰਭਾਲ ਇਹ ਚੱਲ ਕੇ ਚਲਨ ਬੈਨ ਸੁਨ ਕਰ ਮਰਦਾਨ ਇਸ ਪ੍ਰਕਾਰ ਜਾਣਦਾ ਮਰਦਾਨੇ ਨੇ ਜਦੋਂ ਬਚਨ ਸੁਣਿਆ ਹੈ ਕਿ ਵਾਪਸ ਚੱਲੇ ਹਨ ਗਵਨਿਓ ਜਹ ਹੁਤੇ ਗਤਦਨ ਜਿੱਥੇ ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਜੀ ਸਜੇ ਸਨ ਸੋ ਮਰਦਾਨਾ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆ ਹੈ ਨਿਕਟ ਜਾਏ ਕਰ ਗਿਰਾ ਬਖਾਨੀ ਕੋਲ ਜਾ ਕਰਕੇ ਇਉਂ ਬੇਨਤੀ ਕੀਤੀ ਹੈ ਸਤਿਗੁਰਾਂ ਨੂੰ ਸੁਨ ਜਜਮਾਨ ਅਦਕ ਤੁਮ ਦਾਨੀ ਦੇਖੋ ਜਜਮਾਨ ਹੋ ਮੇਰੇ ਵੱਡੇ ਦਾਨੀ ਹੋ ਤੁਸੀਂ ਬਹੁਤ দান ਕਰਦੇ ਹੋ ਹਤ ਉਤ ਸਭ ਸੋ ਭਈ ਸਗਾਈ ਦੇਖੋ ਐਡੇ ਉਤਸ਼ਾਹ ਦੇ ਨਾਲ ਮਹਾਰਾਜ ਤੁਹਾਡਾ ਸਗਨ ਹੋਇਆ ਸਗਾਈ ਹੋਈ ਹੈ ਮੁਝ ਦੀਜੇ ਨਿਜ ਅਭਿ ਵਿਧਾਈ ਤੇ ਕਿਰਪਾ ਕਰੋ ਮਹਾਰਾਜ ਸੋ ਮੈਂ ਤੁਸੀਂ ਮੇਰੇ ਜਜਮਾਨ ਹੋ ਮੈਂ ਤੁਹਾਡਾ ਮਰਾਸੀ ਹਾਂ ਤੇ ਮਹਾਰਾਜ ਮੈਨੂੰ ਹੁਣ ਆਪਣੇ ਸੰਗਨ ਦੀ ਵਧਾਈ ਦਿਓ ਜੀ। ਹੋ ਸੁਖ ਰਾਸ ਆਵਾਸ ਮਿਰਾਸੀ ਇਸ ਪ੍ਰਕਾਰ ਏ ਮਹਾਰਾਜ ਮੈਂ ਤੁਹਾਡੇ ਘਰ ਦਾ ਮਰਾਸੀ ਹਾਂ। ਧਰੋ ਸਦਾ ਮੈਂ ਰਾਵਹਿ ਆਸੀ। ਤੋ ਮੈਂ ਨਿਤ ਪ੍ਰਤੀ ਮਹਾਰਾਜ ਤੁਹਾਡੇ ਤੇ ਹੀ ਆਸ ਰੱਖਦਾ ਹਾਂ ਜੀ। ਨਰ ਅਨੇਕ ਤੁਮ ਤੇ ਵਰਸਾਨੇ। ਮਹਾਰਾਜ ਤੁਹਾਡੇ ਤੋਂ ਅਨੇਕਾਂ ਹੀ ਲੋਕ ਬਰਸਾਏ ਹਨ ਜੀ। ਭਾਵ ਮਹਿ ਜਾਚਕ ਨਿਜ ਮਨ ਭਾਨੇ। ਮਨ ਭਾਉਂਦੇ ਇਸ ਪ੍ਰਕਾਰ ਕਾਰ ਆਪ ਜੀ ਦੇ ਚਰਨਾ ਵਿੱਚੋਂ ਜਾਚਕ ਮੰਗਤੇ ਲੋਕ ਮਨ ਭਾਉਂਦੀਆਂ ਦਾਤਾਂ ਪ੍ਰਾਪਤ ਕਰਦੇ ਹਨ ਅਬ ਲਉ ਮੈਂ ਨਾ ਜਾਚ ਨਾ ਕੀਨੀ ਦੇਖੋ ਮਹਾਰਾਜ ਮੈਂ ਤੇ ਅੱਜ ਤਾਂ ਕੁਛ ਨਹੀਂ ਨਾ ਮੰਗਿਆ ਮਹਾਰਾਜ ਕਿਰਪਾ ਕਰੋ ਤੁਮ ਪਿਤ ਦੇਤ ਵਸਤ ਸੋ ਲਈਨੀ ਜੋ ਤੁਹਾਡੇ ਪਿਤਾ ਜੀ ਦਿੰਦੇ ਨੇ ਉਹੀ ਮੈਂ ਦਾਤ ਲਈ ਮੈਂ ਕਦੇ ਮੰਗਿਆ ਨਹੀਂ ਹੈ ਗਤ ਦਾਨੀ ਸੁਨ ਕਰ ਤਿਹ ਬਾਨੀ ਤਨ ਮੁਕਤੀ ਦਾਤਾ ਗੁਰੂ ਸਾਹਿਬ ਨੇ ਬਚਨ ਸੁਣ ਕੇ ਮਰਦਾਨਾ ਜੀ ਦੇ ਬੋਲੇ ਮਿਰਦਲ ਪਰਮ ਸੁਖ ਸਾਨੀ ਤੂੰ ਬਣੇ ਇਸ ਪ੍ਰਕਾਰ ਕੋਮਲ ਬੜੇ ਸਤਿਕਾਰ ਦੇ ਸਹਿਤ ਬਚਨ ਬੋਲੇ ਗੁਰੂ ਨਾਨਕ ਸਾਹਿਬ ਜੀ ਜੋਨ ਮਨੋਰਥ ਮਨ ਹਵੇ ਤੇਰੇ ਮਹਾਰਾ ਜੀ ਕਹਿੰਦੇ ਮਰਦਾਨਾ ਭਈ ਦੱਸ ਤੇਰੇ ਮਨ ਚ ਕੀ ਮਨੋਰਥ ਹੈ ਉਹ ਕੀ ਲੈਣਾ ਚਾਹੁੰਦਾ ਸਾਡੇ ਕੋਲੋ ਕਰੋ ਬਚਨ ਦੇਵੋ ਬਿਨ ਦੇਰੇ ਅਸੀਂ ਬਿਨਾ ਦੇਰ ਤੋਂ ਤੁਸੀਂ ਬਚਨ ਕਰੋ ਸੋ ਬਿਨਾ ਦੇਰ ਤੋਂ ਤੁਹਾਨੂੰ ਅਸੀਂ ਦਾਤ ਦਈਏ ਹਮ ਰੋਹ ਹੈ ਤੁਜ ਸੰਗ ਇੱਕ ਕਾਜੂ ਮਹਾਰਾ ਕਹਿੰਦੇ ਮਰਦਾਨਾ ਭਈ ਤੇਰੇ ਨਾਲ ਸਾਡਾ ਇੱਕ ਕੰਮ ਹੈ ਜ਼ਰੂਰੀ ਅਬ ਲਖਾ ਪੂਰੋ ਨਿਜ ਆਜੂ ਤੇ ਤੁਸੀਂ ਇੰਜ ਕਰੋ ਕਿਉਂਕਿ ਸਾਨੂੰ ਵੀ ਤੇਰੇ ਨਾਲ ਕੰਮ ਹੈ ਜੋ ਤੇਰੇ ਮਨ ਦੇ ਵਿੱਚ ਇੱਛਾ ਤੂੰ ਸਾਡੇ ਕੋਲ ਪੂਰੀ ਕਰ ਲਿਆ ਹੁਣ ਮਰਦਾਨਾ ਗੁਣ ਕੈ ਮਨ ਸਵਾਰਥ ਤੋ ਕਹਿੰਦੇ ਨੇ ਇਸ ਪ੍ਰਕਾਰ ਵਿਚਾਰ ਕਰਕੇ ਮਨ ਦੇ ਵਿੱਚ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਰਥ ਆਪਣਾ ਕਹਿੰਦਾ ਹੈ ਕਹੈ ਦੇਹੋ ਕੋ ਭਲੋ ਪਦਾਰਥ ਕਹਿਣ ਲੱਗਾ ਮਹਾਰਾਜ ਤੁਸੀਂ ਮਹਾਨ ਹੋ ਕੋਈ ਚੰਗਾ ਹੀ ਕਾ ਪਦਾਰਥ ਮੈਨੂੰ ਦਿਓ ਜੋ ਮਹਾਰਾਜ ਤੁਹਾਨੂੰ ਚੀਜ਼ ਚੰਗੀ ਲੱਗੇ ਉਹ ਮੈਨੂੰ ਦਾਤ ਬਖਸ਼ੋ ਜੀ ਜਿਹ ਤੇ ਹਰ ਖਹੁ ਉਰ ਤ੍ਰਿਪਤਾਈ ਜਿਹਦੇ ਨਾਲ ਮਹਾਰਾਜ ਮੈਨੂੰ ਰਾਜ ਆ ਜਾਵੇ ਤੇ ਮੈਨੂੰ ਖੁਸ਼ੀ ਹੋਵੇ ਐਹੋ ਜੀ ਕੋਈ ਚੀਜ਼ ਚੰਗੀ ਦਿਓ ਮੈਨੂੰ ਜਸ ਤੁਮਰੂ ਕਰ ਦੇਉ ਦਵਾਈ ਇਸ ਪ੍ਰਕਾਰ ਤੁਹਾਡਾ ਜਸ ਕਰਾਂਗਾ ਦੁਆਵਾਂ ਦੇਵਾਂਗਾ ਮਹਾਰਾਜ ਮੈਂ ਗਰੀਬ ਬੰਦਾ ਹੈ ਰਾਵਰ ਕੋ ਮੁਝੇ ਭਰੋਸਾ ਗਰੀਬ ਨਿਵਾਜ ਮੈਨੂੰ ਤੁਹਾਡੇ ਤੇ ਭਰੋਸਾ ਹੈ ਮਹਾਰਾਜ ਸਮ ਉਦਾਰ ਕੋ ਨਿਰਪਨਾਸ ਕੋਸ ਤੁਹਾਡੇ ਬਰਾਬਰ ਮਹਾਰਾ ਕੋਈ ਰਾਜਾ ਮਹਾਰਾਜਾ ਵੀ ਨਹੀਂ ਹੋ ਸਕਦਾ ਸੱਚੇ ਪਾਤਸ਼ਾਹ ਜੀ ਦੋਹਰਾ ਸੁਨ ਮਰਦਾਨਾ ਕਾਨ ਦੇ ਮਹਾਰਾਜ ਸਤਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਮਰਦਾਨਾ ਜੀ ਕੰਨ ਦੇ ਕਰਕੇ ਸਰਵਣ ਕਰੋ ਨੇਕ ਵਸਤ ਜਿਹ ਪਾਏ ਜੇ ਤੈਨੂੰ ਅਸੀਂ ਕੋਈ ਚੰਗੀ ਵਸਤੂ ਦਈਏ ਕੋਈ ਚੰਗੀ ਵਸਤੂ ਸਾਡੇ ਕੋਲੋਂ ਪ੍ਰਾਪਤ ਕਰੇ ਤਾਂ ਕੀਮਤ ਤਾਹੇ ਨ ਜਾਣਈ ਪਰ ਸਾਨੂੰ ਪਤਾ ਤੂੰ ਉਸ ਦੀ ਕੀਮਤ ਨਹੀਂ ਜਾਣਨੀ ਕਦਰ ਨਹੀਂ ਜਾਣਣੀ ਹੈ ਰੰਝ ਰਿਦਾ ਜਾਈ ਤੇ ਸਾਨੂੰ ਇਉਂ ਲੱਗਦਾ ਕਿ ਤੇ ਤੇਰਾ ਮਨ ਨਾਰਾਜ਼ ਨਾ ਹੋ ਜਾਵੇ ਸਾਡੇ ਕੋਲੋਂ ਚਉਪਈ ਕਰੋ ਲਾਲ ਸਾਹ ਦਰਦ ਦੋ ਕਾਲ ਦੋ ਕੂਲਾ ਸੋ ਮਹਾਰਾਜ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸੋ ਗਰੀਬਨਵਾਜ਼ ਕਹਿੰਦੇ ਭਾਈ ਤੂੰ ਤਾਂ ਇਸ ਪ੍ਰਕਾਰ ਸੋ ਧਨ ਜਾਂ ਇਸ ਪ੍ਰਕਾਰ ਕੱਪੜਾ ਹੀ ਮੰਗਦਾ ਹੈ ਇਸ ਪ੍ਰਕਾਰ ਇੱਛਾ ਹੁੰਦੀ ਤੁਹਾਡੀ ਨਹਿ ਜਾਣੂ ਆਗੇ ਕਿਆ ਸੂਲਾ ਤੋ ਇਸ ਪ੍ਰਕਾਰ ਮਰਦਾਨਾ ਤੈਨੂੰ ਪ੍ਰਲੋਕ ਦੇ ਜੋ ਸੂਲ ਦੁਖ ਕਸ਼ਟ ਹਨ ਉਹਨਾਂ ਦੀ ਖਬਰ ਨਹੀਂ ਹੈ ਜਾਤ ਮਿਰਾਸੀ ਜਾਚਨ ਦਰਬ ਇਸ ਵਾਸਤੇ ਤੇਰੀ ਮਿਰਾਸੀ ਜਾਤ ਹੈ ਇਸ ਪ੍ਰਕਾਰ ਧਨ ਮੰਗ ਲੈਣਾ ਆਦਕ ਇਹੋ ਹੀ ਤੁਹਾਡਾ ਇਸ ਪ੍ਰਕਾਰ ਸੋਚ ਤੁਹਾਡੀ ਹੁੰਦੀ ਹੈ ਬਹਿਰਨ ਖਾਨ ਲਖੋ ਸੁਖ ਸਰਬਾ ਉਸੀ ਸਾਰਾ ਸੁਖ ਪਹਿਨਣ ਤੇ ਖਾਣ ਵਿੱਚ ਹੀ ਇਸ ਪ੍ਰਕਾਰ ਮੰਨਦੇ ਹੋ ਮਨ ਗੁਣ ਕੇ ਭਨ ਹੀ ਮਰਦਾਨ ਤੋ ਮਨ ਵਿੱਚ ਵਿਚਾਰ ਕਰਕੇ ਇਸ ਪ੍ਰਕਾਰ ਸੋ ਮਰਦਾਨਾ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ ਸੋ ਦੀਜੇ ਜੋ ਨੀਕੋ ਜਾਨ ਪਰ ਫਿਰ ਵੀ ਮਰਾਸੀ ਮੰਗਣਾ ਹੁੰਦਾ ਸੀ ਨਾ ਕਹਿੰਦਾ ਫਿਰ ਮਹਾਰਾਜ ਕਿਰਪਾ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਫਿਰ ਉਹੀ ਦਿਓ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਉ ਮੁਝ ਭਲਾ ਹੋਏ ਸੁਖ ਪੁੰਜਾ ਮਹਾਰਾਜ ਜਿਸ ਦੇ ਕਿਦ ਨਾਲ ਮੇਰਾ ਬਹੁਤਾ ਭਲਾ ਹੋਵੇ ਮਹਾਰਾਜ ਫਿਰ ਤੇ ਇਹੋ ਜੀ ਦਾਤ ਬਖਸ਼ੋ ਮੈਨੂੰ ਸੋ ਦੇਵੋ ਕਿਉਂ ਹੋਵੋ ਹੋ ਰੰਝਾ ਤੁਸੀਂ ਮਹਾਰਾਜ ਚੰਗੀ ਚੀਜ਼ ਵਸਤੂ ਦਿਓਗੇ ਤੇ ਮੈਂ ਰਾਂਝਾ ਨਾਰਾਜ਼ ਕਿਉਂ ਹੋਵਾਂਗਾ ਪਾਤਸ਼ਾਹ ਮੈਂ ਖੁਸ਼ ਹੋ ਜਾਵਾਂਗਾ ਜੀ ਸਾਂਝਾ ਪਿਤਾ ਗਰੀਬਨਵਾਜ਼ ਦਾ ਤਾਰ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸਾਧ ਸੰਗਤ ਜੀਓ ਤਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੋ ਲੜੀਵਾਰ ਇਤਿਹਾਸ ਆਪਾਂ ਸ਼ੁਰੂ ਕੀਤਾ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਲੜੀਵਾਰ ਰੋਜ਼ਾਨਾ ਇਸ ਵੇਲੇ ਸੰਗਤਾਂ ਸਰਵਣ ਕਰਦੀਆਂ ਨੇ ਗੁਰੂ ਸਾਹਿਬ ਦੀ ਮਹਾਨ ਬਖਸ਼ਿਸ਼ ਦਾ ਸਾਧ ਸੰਗਤ ਜੀਓ ਤਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪ੍ਰਭ ਮਨਾਉਣ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚੱਲ ਰਹੇ ਹਨ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਪੋਤਰੇ ਸੋ ਅਸੀਂ ਸਤਕਾਰ ਨਾਲ ਬਾਈ ਜੀ ਕਹਿੰਦੇ ਇਹਨਾਂ ਨੂੰ ਬਾਈ ਅਵਤਾਰ ਸਿੰਘ ਜੀ ਸੋ ਮਹਾਰਾਜੀ ਕਿਰਪਾ ਦਿਨਾਲ ਮਹਾਨ ਵਿਦਵਾਨ ਹਨ ਗੁਰੂ ਦੀ ਬਖਸ਼ਿਸ਼ ਹੈ ਸੋ ਉਹਨਾਂ ਨੇ ਕਿਰਪਾ ਕੀਤੀ ਹੈ ਦਰਸ਼ਨ ਦਿੱਤੇ ਹਨ ਸਾਧ ਸੰਗਤ ਜੀ ਉਹਨਾਂ ਦੀ ਰਸਨਾ ਤੋਂ ਕੁਸਮ ਆਪਾਂ ਹੁਣ ਬਚਨ ਵਿਚਾਰ ਸਰਵਣ ਕਰਾਂਗੇ ਸਤ ਗੁਰੂ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਗਰੀਬਨਵਾਜੀ ਪਾਤਸ਼ਾਹੀ ਆਪਣਾ ਜਸ ਸੜੇ ਹਿਰਦੇ ਚ ਵਸਾਉਣ ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਮਾਪੇ ਮੇਲੇ ਦੀ ਬਰਕਤਾਂ ਦੇ ਪਾਤਨ ਬਣੀਏ ਭੁੱਲਾਂ ਚੁੱਕਾਂ ਨੀ ਖਿਮਾ ਬਖਸ਼ਣੀ ਦੇਹੁ ਸੱਜਣ ਅਸੀਸਣੀਆਂ ਜੋ ਹੋਵੇ ਸਹਿਬ ਸਿਉ ਮੇਲੇ ਦੀ ਦਾਤ ਪ੍ਰਾਪਤ ਹੋਵੇ ਮਨ ਗੁਨ ਕੀ ਭਨ ਹੀ ਮਰਦਾਨਾ ਸੋ ਦੀਜੇ ਜੋ ਨੀਕੋ ਜਨ ਜਿਉ ਮੁਝ ਭਲਾ ਹੋਏ ਸੁਖ ਪੁੰਜਾ ਸੋ ਦੇਵੋ ਕਿਉ ਹੋਵਹ ਰੰਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ